ਨਾਟਕ ਦੀਆਂ ਸਭ ਪੇਸ਼ਕਾਰੀਆਂ ਇੱਕ ਨਿਰਦੇਸ਼ਕ ਵਜੋਂ ਇਹ ਕਰ ਚੁੱਕੇ ਹਨ। ਇਹਨਾਂ ਦੇ ਜਿਹੜੇ ਨਾਟਕ ਇਹਨਾਂ ਨੇ ਜਿਹੜਾ ਨਾਟਕ ਦੇ ਰੰਗਮੰਚ ਨੂੰ ਇੱਕ ਪ੍ਰੋਫੈਸ਼ਨਲ ਤੌਰ 'ਤੇ ਜਿਹੜਾ ਅਪਣਾਇਆ ਹੋਇਆ ਹੈ ਕਿ ਇੱਕ ਪ੍ਰੋਫੈਸ਼ਨਲ ਤੌਰ 'ਤੇ ਵੀ ਉਹਨੂੰ ਜਿਹੜਾ ਵਾ ਨਾਟਕ ਦੇ ਰੰਗਮੰਚ ਨੂੰ ਅਪਣਾਉਂਦੇ ਵੀ ਅਤੇ ਨਿਭਾਉਂਦੇ ਵੀ ਹੈ। ਵੱਖ ਵੱਖ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਰੰਗਮੰਚ ਉੱਤੇ ਹੁਣ ਤੱਕ ਜਿਹੜੇ 14 ਜਿਹੜੇ ਲੈਕਚਰ ਦੇ ਚੁੱਕੇ ਆ ਅਤੇ 15 ਲੈਕਚਰ ਜਿਹੜਾ ਆਪਣੇ ਕਾਲਜ ਦੇ ਵਿੱਚ ਦੇਣ ਆਏ ਨੇ। ਇਹਨਾਂ ਦੀਆਂ ਹੁਣ ਤੱਕ ਜਿਹੜੀਆਂ 3 ਨਾਟਕ ਦੀਆਂ ਕਿਤਾਬਾਂ ਨਜ਼ੀਰਾ ਬੇਗਮ, ਮਿੱਟੀ ਦਾ ਪੁਤਲਾ ਅਤੇ ਬਾਲ ਨਾਟਕ ਪੰਛੀ ਬੋਲਣ ਮਿੱਠੜੇ ਬੋਲ ਛਪ ਚੁੱਕੀਆਂ ਹਨ। ਇਹਨਾਂ ਨਾਟਕਾਂ ਉੱਪਰ ਡਾਕਟਰ ਭੀਮਿੰਦਰ ਸਿੰਘ, ਡਾਕਟਰ ਜਗਿੰਦਰ ਸਿੰਘ ਨਿਰਾਲਾ, ਡਾਕਟਰ ਅਰਿੰਦਰ ਕੌਰ ਕਾਕੜਾ ਇੱਕ ਖੋਜ ਆਲੋਚਨਾ ਪੱਤਰ ਜਿਹੜੇ ਆ ਲਿਖ ਚੁੱਕੇ ਆ। ਅਤੇ ਮੈਂ ਇਹਨਾਂ ਨੂੰ ਬੜੇ ਮਾਣ ਅਤੇ ਫਖਰ ਦੇ ਨਾਲ ਕਹਿੰਦਾ ਕਿ 3 ਪੇਪਰ ਜਿਹੜੇ ਮੈਂ ਵੀ ਰਿਸਰਚ ਪੇਪਰ ਇਹਨਾਂ ਦੀਆਂ ਵੱਖ ਵੱਖ ਕਿਤਾਬਾਂ 'ਤੇ ਲਿਖ ਰਿਹਾ। ਇਹਦੇ ਨਾਲ ਹੀ 2 ਪੇਪਰ ਮੇਰੇ ਵਾਈਟ ਲਵਲੀ ਯੂਨੀਵਰਸਿਟੀ ਦੇ ਵਿੱਚ, ਉਹ ਵੀ ਇਹਨਾਂ ਦੀਆਂ ਕਿਤਾਬਾਂ ਨੇ, ਜ਼ੀਰਾ ਬੇਗਮ ਅਤੇ ਘਰ ਕਰੇ ਹਾਜ ਸਰ, ਅਸੀਂ ਵੀ ਉੱਥੇ 2 ਰਿਸਰਚ ਪੇਪਰ ਤੁਹਾਡੇ 'ਤੇ ਲਿਖ ਰਹੇ ਹਾਂ। ਇਹਦੇ ਨਾਲ ਹੀ ਇੱਕ ਖੋਜ ਆਲੋਚਨਾ ਦੇ ਆਧਾਰ ਉੱਤੇ ਆਰਟੀਕਲ ਲਿਖੇ ਹਨ। ਪ੍ਰਸਿੱਧ ਨਾਟਕਕਾਰ ਅਤੇ ਨਾਵਲਕਾਰ ਬਲਦੇਵ ਸਿੰਘ ਸ਼ੜਕਨਾਮਾ ਨੇ ਪੰਜਾਬੀ ਦੇ ਵੱਡੇ ਅਖ਼ਬਾਰ ਵਿੱਚ ਇਹਨਾਂ ਦੇ ਨਾਟਕਾਂ ਉੱਪਰ ਜਿਹੜਾ ਆ ਉਹ ਲਿਖਿਆ ਸੀ, ਉੱਪਰ ਇੱਕ ਜਿਹੜਾ ਆਰਟੀਕਲ ਲਿਖਿਆ ਸੀ ਅਤੇ ਉਹਨਾਂ ਨੇ ਇਹਨਾਂ ਨੂੰ ਇੱਕ ਵੱਡਾ ਸਾਹਿਤ ਨਾਟਕ ਦੇ ਖੇਤਰ ਦੇ ਵਿੱਚ ਇੱਕ ਵੱਡਾ ਸਾਹਿਤਕਾਰ ਦੇ ਵਜੋਂ ਨਿਵਾਜਿਆ ਸੀ। ਪੰਜਾਬ ਦੀਆਂ ਬਹੁਤ ਸਾਰੀਆਂ ਨਾਟ ਟੋਲੀਆਂ ਇਹਨਾਂ ਦੁਆਰਾ ਲਿਖੇ ਨਾਟਕਾਂ ਨੂੰ ਸਫਲਤਾਪੂਰਵਕ ਰੰਗਮੰਚ ਉੱਪਰ ਪੇਸ਼ ਕਰਦੀਆਂ ਹਨ। ਪ੍ਰਸਿੱਧ ਆਲੋਚਕ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਨੇ ਲਿਖਿਆ ਹੈ ਕਿ ਮੋਹੀ ਅਮਰਜੀਤ ਸਿੰਘ ਪੰਜਾਬੀ ਨਾਟਕ ਰੰਗਮੰਚ ਦਾ ਸਾਹਿਤਕ ਸਿਰਨਾਮਾ ਹੈ। ਬਲਦੇਵ ਸਿੰਘ ਸ਼ੜਕਨਾਮਾ ਦੀ ਸਟੇਟਮੈਂਟਸ ਜਿਸਨੇ ਥੋੜ੍ਹੇ ਜਿਹੇ ਅਰਸੇ ਅੰਦਰ ਹੀ ਰੰਗਮੰਚ ਖੇਤਰ ਅੰਦਰ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਨਾਟਕ ਕਲਾ ਕੇਂਦਰ ਜਗਰਾਉਂ ਵੱਲੋਂ ਹਰ ਸਾਲ ਵਿੱਚ 2 ਵਾਰ 3 ਰੋਜ਼ਾ ਨਾਟ ਫੈਸਟੀਵਲ ਕਰਾਉਂਦੇ ਹਨ। ਇਸ ਨਾਟ ਫੈਸਟੀਵਲ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਟੀਮਾਂ ਜਿਹੜੀਆਂ ਪਾਰਟੀਸਪੇਟ ਕਰਦੀਆਂ ਹਨ ਅਤੇ ਇਹਦੇ ਨਾਲ ਕੀ ਕਿ ਪੰਜਾਬੀ ਰੰਗਮੰਚ ਅਤੇ ਜਿਹੜਾ ਵਾ ਉਹਦੇ ਪੰਜਾਬੀ ਨਾਟ ਅਤੇ ਪੰਜਾਬੀ ਰੰਗਮੰਚ ਵਿੱਚ ਇੱਕ ਜਿਹੜਾ ਭਾਵਪੂਰਕ ਵਾਧਾ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ। ਇਹਦੇ ਨਾਲ ਕੀ ਇੱਕ ਨਵੀਆਂ ਸਕ੍ਰਿਪਟਾਂ ਜਿਹੜੀਆਂ ਉਹ ਹੋਂਦ 'ਚ ਆਉਂਦੀਆਂ ਅਤੇ ਪੰਜਾਬੀ ਰੰਗਮੰਚ ਨੂੰ ਇੱਕ ਜਾਣ ਪ੍ਰਦਾਨ ਜਿਹੜੀ ਉਹ ਕਰਦੇ ਆ। ਮੈਂ ਦੱਸਣ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਇਹਨਾਂ ਦੇ ਜਿਹੜੀਆਂ ਕਿਤਾਬਾਂ ਛਪੀਆਂ ਹਨ ਜਾਂ ਜਿਹੜੇ ਇਹਨਾਂ ਦੇ ਨਾਟਕ ਆਏ ਆ ਉਹ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਹੁਣ ਤੱਕ ਜਿਹੜੇ ਖੋਜ ਪ੍ਰਬੰਧ ਹੋ ਰਹੇ ਆ ਇਹਨਾਂ ਦੇ ਨਾਟਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਦੀਆਂ ਪ੍ਰਾਪਤੀਆਂ ਇਹਨਾਂ ਦੀਆਂ ਬਹੁਤ ਇੱਕ ਲੰਬੀ ਲਿਸਟ ਆ ਸਾਡੇ ਕੋਲ, ਪਰ ਜਦੋਂ ਅਸੀਂ ਪ੍ਰਾਪਤੀਆਂ ਗਿਣਾਉਣ ਲੱਗਾਂਗੇ ਤਾਂ ਫਿਰ ਸਮਾਂ ਜਿਹੜਾ ਉਹਦੀ ਜ਼ਿਆਦਾ ਇਜਾਜ਼ਤ ਸਾਨੂੰ ਨਹੀਂ ਦਿੰਦਾ। ਮੈਂ ਫਿਰ ਤੋਂ ਇੱਕ ਵਾਰ ਇਹਨਾਂ ਦਾ ਕਹੂੰਗਾ ਕਿ ਤਾੜੀਆਂ ਦੇ ਨਾਲ ਇਹਨਾਂ ਦਾ ਜਿਹੜਾ ਉਹ ਸਵਾਗਤ ਕੀਤਾ। ਜਿਹੜੀ ਵਾਰਤਾਲਾਪ ਕੀਤੀ ਆ ਉਹਦੇ ਵਿੱਚੋਂ ਹੀ ਕੁਐਸਚਨ ਨਿਕਲੇ ਆਏ ਰੰਗਮੰਚ ਦੇ ਵਿੱਚ 2 ਵੱਡੀਆਂ ਲੋੜਾਂ ਹੁੰਦੀਆਂ ਜਿਹੜੀਆਂ ਨਾਟਕ ਦੀਆਂ ਉਹ ਕੰਮ ਕਰਦੀਆਂ। ਇੱਕ ਉਹਦਾ ਸਕ੍ਰਿਪਟ ਡਰਾਮਾ ਲੇਖਕ ਹੁੰਦਾ ਹੈ ਜਿਹਨੂੰ ਸਕ੍ਰਿਪਟ ਨੂੰ ਘੜਿਆ ਹੈ, ਮੈਸੇਜ ਕਨਵੈਂਸ ਦੇਣਾ ਸੀ ਜਿਹਨੇ ਉਹ ਨਾਟਕ ਦਾ ਜਿਹੜਾ ਉਹ ਸਕ੍ਰਿਪਟ ਲੇਖਕ ਕਰਦਾ। ਪਰ ਰੰਗਮੰਚ ਦੇ ਤੁਸੀਂ ਸਟੇਜ ਦਾ ਕੁਐਸਚਨ ਕੀਤਾ ਵੀ ਸਟੇਜ ਦੇ ਉੱਪਰ ਜਦੋਂ ਨਾਟਕ ਕਰਦਾ ਉੱਥੇ ਸਕ੍ਰਿਪਟ ਲੇਖਕ ਦਾ ਕੁਛ ਵੀ ਨਹੀਂ ਹੁੰਦਾ, ਉੱਥੇ ਸਭ ਕੁਛ ਭਾਵੇਂ ਜਿਹੜਾ ਹੁੰਦਾ ਉਹ ਡਾਇਰੈਕਟਰ ਹੁੰਦਾ ਹੈ। ਡਾਇਰੈਕਟਰ ਵਿੱਚ ਡਾਇਰੈਕਟਰੀ ਨਾਟਕ ਨਹੀਂ ਚਲਾਉਂਦਾ, ਡਾਇਰੈਕਟਰੀ ਪਾਤਰਾਂ ਨੂੰ ਪੇਸ਼ ਕਰਦਾ,
ਡਾਇਰੈਕਟਰ ਉਦੋਂ ਜਿਹੜਾ ਰੰਗਮੰਚ ਤੇ ਦਰਸ਼ਕਾਂ ਦੇ ਸਾਹਮਣੇ ਜਿਹੜਾ ਅਸਲ ਜੰਗ ਲੜ ਰਿਹਾ ਹੁੰਦਾ, ਮੇਰਾ ਕੋਈ ਸਕ੍ਰਿਪਟ ਖੇਡੀ ਜਾਵੇ, ਮੈਂ ਕੱਲ ਨੂੰ ਜਗਦੇਵ ਢਿੱਲੋਂ ਦੀ ਸਕ੍ਰਿਪਟ ਖੇਡਦਾ, ਮੈਂ ਕੱਲ ਨੂੰ ਸੁਰਜੀਤ ਸਿੰਘ ਸੇਠੀ ਦੀ ਸਕ੍ਰਿਪਟ ਖੇਡਦਾ, ਉਹ ਤਾਂ ਉੱਥੇ ਹੋਣਾ ਨਹੀਂ ਸਟੇਜ 'ਤੇ, ਉੱਥੇ ਤਾਂ ਉਹੀ ਨਾਟਕ ਪੇਸ਼ ਕਰ ਰਿਹਾ। ਇਸ ਕਰਕੇ ਸਟੇਜ ਦੇ ਉੱਪਰ ਜਿਹੜਾ ਮੇਨ ਭਾਗ ਵਾ ਸ਼ਕਤੀਸ਼ਾਲੀ ਹੁੰਦਾ ਉਹ ਨਾਟਕ ਦਾ ਡਾਇਰੈਕਟਰ ਹੁੰਦਾ। ਉਹ ਇਹਨਾਂ ਨੂੰ ਦੇਣਾ ਸੀ। ਤੁਸੀਂ ਕੀ ਪੁੱਛ ਰਹੇ ਆ, ਡਾਇਰੈਕਟਰ ਪਾਤਰ ਜਾਂ ਰੰਗਮੰਚ ਦੇ ਉੱਪਰ ਕੌਣ ਸ਼ਕਤੀਸ਼ਾਲੀ ਹੁੰਦਾ? ਜਿੱਦੋਂ ਮਤਲਬ ਪਾਤਰ ਡਾਇਰੈਕਟਰ ਦੀ ਜਦੋਂ ਇਹਨਾਂ ਨੇ ਕਵਾਚਨ ਕੀਤਾ ਸੀ ਵੀ ਰੰਗਮੰਚ ਉੱਪਰ ਕੌਣ ਭਾਰ ਹੁੰਦਾ, ਇਹਨਾਂ ਦਾ ਕਵਾਚਨ ਸੀ ਵੀ ਡਾਇਰੈਕਟਰ ਕੋ ਦਾ ਸਕ੍ਰਿਪਟ ਲੇਖਕ, ਤੁਹਾਡਾ ਸਾਰਾ ਆ ਗਿਆ। ਰੰਗਮੰਚ ਦੇ ਉੱਪਰ ਜਿਹੜਾ ਭਾਰ ਹੁੰਦਾ ਉਹ ਨਾਟਕ ਦੇ ਪਾਤਰ ਹੁੰਦੇ ਆ, ਨਾਟਕ ਦਾ ਪਾਤਰ ਆ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਹੁੰਦਾ, ਕਿਉਂਕਿ ਉਹ ਦਰਸ਼ਕਾਂ ਨਾਲ ਸਿੱਧੀ ਗੱਲ ਕਰ ਰਿਹਾ ਹੁੰਦਾ, ਪਾਤਰ ਭਾਰ ਹੁੰਦਾ। ਰੰਗਮੰਚ ਤੇ ਨਾਟਕ ਦੇ ਵਿੱਚ ਸਭ ਤੋਂ ਵੱਡਾ ਅੰਤਰ ਇਹ ਆ ਵੀ ਜਿਹੜਾ ਨਾਟਕ ਆ ਉਹ ਲਿਖਣ ਚ ਆਉਂਦਾ ਹੈ, ਉਹਦੀ ਇੱਕ ਕਹਾਣੀ ਹੁੰਦੀ ਆ। ਜਦੋਂ ਨਾਟਕ ਨਾਟਕ ਆ ਜਿਹੜਾ ਉਹ ਸਟੇਜ ਤੇ ਤਾਂ ਹੀ ਪੇਸ਼ ਹੋਊਗਾ ਨਾ ਜਿਹਨੂੰ ਰੰਗਮੰਚ ਮਿਲੂਗਾ। ਜੇ ਥੀਏਟਰ ਦੇ ਉੱਪਰ ਡਾਇਰੈਕਟਰ ਲੈ ਕੇ ਜਾਊਗਾ ਨਾਟਕ ਨੂੰ, ਫਿਰ ਹੀ ਰੰਗਮੰਚ ਦੇ ਉੱਪਰ ਨਾਟਕ ਪੇਸ਼ ਆਉਂਦਾ। ਔਰ ਜਿੰਨਾ ਚੱਕ ਇੱਕ ਨਾਟਕ ਕਿਸੇ ਦਾ ਵੀ ਲਿਖਿਆ ਹੋਵੇ, ਜਿੰਨਾ ਚੱਕ ਉਹ ਰੰਗਮੰਚ ਤੇ ਪੇਸ਼ ਨਹੀਂ ਹੁੰਦਾ ਉਹ ਨਾਟਕ ਕਾਮਯਾਬ ਨਹੀਂ ਹੁੰਦਾ। ਸਾਡੇ ਪੰਜਾਬੀ ਦੇ ਬਹੁਤ ਵੱਡੇ ਇੱਕ ਨਾਟਕਕਾਰ ਆ ਸੰਤ ਸਿੰਘ ਸੇਖੋਂ, ਉਹਨਾਂ ਨੇ ਤੁਹਾਨੂੰ ਕਦੇ ਵੀ ਸਟੇਜ 'ਤੇ ਕਿਸੇ ਨੇ ਭਾਵੇਂ ਖੇਡਤਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਨਾਟਕ ਆ ਜਿਹੜੇ ਸਟੇਜ 'ਤੇ ਪੇਸ਼ ਹੋਏ ਆ। ਰੰਗਮੰਚ ਦੇ ਵਿੱਚ ਜਿਹੜਾ ਰੰਗਮੰਚ ਦੇ ਜਦੋਂ ਨਾਟਕ ਪੇਸ਼ ਹੁੰਦਾ ਏ ਤਾਂ ਉਹ ਨਾਟਕ ਇੱਕ ਆਪਣਾ ਨਵਾਂ ਜਨਮ ਲੈਂਦਾ, ਉਹ ਆਪਣਾ ਮੈਸੇਜ ਛੱਡਦਾ ਏ। ਰੰਗਮੰਚ ਆ ਜਿਹੜਾ ਉਹ ਪੜ੍ਹਿਆ ਨਹੀਂ ਜਾਂਦਾ, ਉਹ ਦੇਖਿਆ ਜਾਂਦਾ ਏ। ਨਾਟਕ ਆ ਜਿਹੜਾ ਉਹ ਕਿਤਾਬੀ ਰੂਪ ਦੇ ਵਿੱਚ ਲਿਖਿਆ ਜਾਂਦਾ ਏ, ਉਹ ਲਿਖਤੀ ਰੂਪ 'ਚ ਆਉਂਦਾ। ਸੁਮੇਲ ਇਹਨਾਂ ਦਾ ਇਹੀ ਆ ਵੀ ਦੋਹੇ ਇਹ 9 ਮਾਸ ਦਾ ਰਿਸ਼ਤਾ ਇਹਨਾਂ ਦਾ ਸੁਮੇਲ ਆ। ਰੰਗਮੰਚ ਆ ਜਿਹੜਾ ਉਹ ਨਾਟਕ ਨੂੰ ਸਟੇਜ ਤੋਂ ਖੇਡਦਾ, ਇਹਨਾਂ 'ਚ ਇਹੀ ਅੰਤਰ ਅਤੇ ਇਹੀ ਸੁਮੇਲ। ਤੋ ਕਰਜ਼ਾ ਦੇ ਦਿੰਦਾ ਤੇ ਉਹਦੀ ਜਿਹੜੀ ਕੁੜੀ ਆ ਪ੍ਰੀਤੀ, ਪ੍ਰੀਤੀ ਦਾ ਕੁਐਸਚਨ ਹੋਇਆ ਜੀ, ਪ੍ਰੀਤੀ ਉਹਦੀ ਬੇਟੀ ਆ, ਉਹ ਇੱਕ ਹੈਰੀ ਨਾਲ ਵਿਆਹ ਹੋ ਜਾਂਦਾ। ਉਹਦਾ 10 ਕਿੱਲੇ ਜ਼ਮੀਨ ਆ ਉਹਦੇ ਕੋਲ, ਉਹ ਕਹਿੰਦਾ ਵੀ 10 ਕਿੱਲੇ ਜ਼ਮੀਨ ਆ, 5 ਕਿੱਲੇ ਤੇਰੇ ਬ੍ਰਦਰ ਨੂੰ ਆਉਂਦੇ ਆ, 5 ਕਿੱਲੇ ਮੇਰੇ ਨਾਂ ਆਉਂਦੇ ਜਿਹੜੇ ਤੇਰੇ ਨਾਂ ਆਉਂਦੇ ਆ। ਇਹ ਵਾਰ ਵਾਰ ਜਾਂਦਾ, ਸਭ ਤੋਂ ਬੈਸਟ ਰੋਲ ਕੱਢਿਆ ਜਿਹੜਾ ਅੜਤ ਕਦੋਂ ਨਿਰਮਲ ਗੁੜੇ ਨਹੀਂ ਕੱਢਿਆ ਸੀਗਾ ਹੁਣ ਤੱਕ। ਮੈਂ ਯੂਨੀਵਰਸਿਟੀ ਨੇ ਵੀ ਲੈ ਕੇ ਗਿਆ, ਪਰ ਉੱਥੋਂ ਕਿਸੇ ਕਾਲਜ ਯੂਨੀਵਰਸਿਟੀ ਦੇ ਕਿਸੇ ਵੀ ਸਟੂਡੈਂਟ ਨੇ ਇਹ ਇਹੋ ਜਿਹਾ ਰੋਲ ਨਹੀਂ ਕੱਢਿਆ ਅਰਤ ਕਿਹਾ ਨਰਮਨ ਗੁੜੇ ਨੇ ਜਿਹੜਾ ਕੱਢਿਆ। ਹੁਣ ਇਹਦੇ ਨਾਮ ਦੇ ਦਿੱਤਾ ਗਿਆ ਉਹ ਜੈਲੇ ਦੀ ਬੇਟੀ ਆ। ਇੱਕ ਮਿੰਟ, ਉਹ ਜੈਲੇ ਦੀ ਬੇਟੀ ਆ। ਤੁਸੀਂ ਕੀ ਪੁੱਛਿਆ ਵੀ ਮੈਨੂੰ ਕਿਹੜਾ ਲੱਗਦਾ ਲੱਗਦਾ, ਦੋਵੇਂ ਦੁਖੀ ਆ ਉਹ। ਇੱਕ ਤਾਂ ਉਹਦੀ ਬੇਟੀ ਆ ਜਿਹੜੀ ਉਹਨੂੰ ਬਾਹਰ ਨਹੀਂ ਲੈ ਕੇ ਜਾ ਰਿਹਾ ਹੈਰੀ, ਜਿਹੜਾ ਕੈਨੇਡਾ 'ਚ ਜਿਹੜਾ ਜਰਨੈਲ ਸਿੰਘ ਜੇਲਾ ਜੈਲਾ ਏ, ਉਹਦਾ ਮੁੰਡਾ ਬਹੁਤ ਨਸ਼ੇ ਕਰਦਾ ਏ, ਠੀਕ ਆ। ਦੋਵੇਂ ਪਾਤਰ ਆ ਜਿਹੜੇ ਮੇਰੇ ਨੇੜੇ, ਦੋਵੇਂ ਪਾਤਰ ਮੈਂ ਘੜਿਆ। ਇਹ ਪੇਂਡੂ ਸਟੋਰੀ ਆ, ਘਰ ਘਰ ਇਹੋ ਆ ਨਸ਼ਿਆਂ ਦੀ ਸਟੋਰੀ ਆ, ਅਤੇ ਜਿਹੜੇ ਤੁਸੀਂ ਕਹਿੰਦੇ ਅਸੀਂ ਆਈਲੈਟਸ ਕਰਕੇ ਬਾਹਰ ਜਾਈ ਹੁੰਦੇ ਦੀ ਸਟੋਰੀ ਆ, ਬਾਹਰ ਜਾਣ ਨੂੰ ਹਟ ਜਾਓ ਅਤੇ ਨਸ਼ੇ ਕਰਨ ਨੂੰ ਹਟ ਜਾਓ।
ਦੋ ਹੀ ਪਾਤਰ ਆ ਜਿਹੜੇ ਘਰ ਘਰ ਵਗਦੇ ਮੇਰੇ ਦਿਲ ਦੀ ਦੇਖਿਆ ਹੋਣਾ ਤੁਸੀਂ ਨਾਟਕ ਬਹੁਤ ਖਰੀਦਿਆ ਗਿਆ ਸਕੂਲਾਂ ਅੰਬੇਦਕਰ ਤੋਂ ਦੁਨੀਆਂ ਚ ਕੋਈ ਵੱਡਾ ਬੰਦਾ ਰਹਿਣੀਗਾ ਜਿਹਨੇ ਭਾਰਤ ਦਾ ਸੰਵਿਧਾਨ ਲਿਖਿਆ। ਮੈਂ ਉਸ ਤੇ ਨਾਟਕ ਲਿਖਿਆ ਡਾ ਗ੍ਰੇਟ ਅੰਬੇਦਕਰ ਇਹ ਪੂਰੇ ਭਾਰਤ ਦੇ ਵਿੱਚ ਖੇਡਿਆ ਗਿਆ। ਮੈਨੂੰ ਬੜੌਦਾ ਜੀ ਖੇਡ ਕੇ ਤੁਸੀਂ ਦਿੱਲੀ ਗਏ ਸੀ ਦਿੱਲੀ ਜਦੋਂ ਮੈਂ ਖੇਡ ਕੇ ਇਹਨੇ ਗਾਂਧੀ ਦਾ ਰੋਲ ਕੀਤਾ ਔਰ ਗਾਂਧੀ ਦੇ ਰੋਲ ਦੇ ਵਿੱਚ ਇਹ ਇੰਨੇ ਫਸਦੇ ਆ ਉਹ ਵੀ ਕਹਿੰਦੇ ਜੇ ਹੋ ਜਾਂਦੇ ਆ। ਇਹ ਮੈਨੂੰ ਯਾਦ ਆ ਜਦੋਂ ਮੈਂ ਬੜੌਦਾ ਦੇ ਵਿੱਚ ਕੀਤਾ ਸੀ ਨਾ ਨਾਟਕ ਇਹ ਬੜੌਦਾ ਚ ਉਦੋਂ ਮੈਂ ਉਰਦੂ ਚ ਕੀਤਾ ਸੀ ਸੁਣੋ ਧਿਆਨ ਦੇ ਨਾਲ ਔਰ ਜਦੋਂ ਇਹਦੇ ਵਿੱਚ ਰਮਾ ਬਾਈ ਆ ਜਿਹੜੀ ਮਾਤਾ ਸਾਡੀ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਮਿਸਲ ਆ ਉਹਦੇ ਕੋਲੇ ਜਦੋਂ ਉਹਦਾ ਰਾਜ ਰਤਨ ਬੇਟਾ ਮਰ ਜਾਂਦਾ ਤੇ ਉਹਦੀ ਖੱਫਾਂ ਲਿਆਉਣ ਦੇ ਲਈ ਪੈਸੇ ਨਹੀਂ ਹੁੰਦੇ ਆਪਣੀ ਸਾਰੀ ਵਾਰ ਕੇ ਦਿੰਦੀ ਆ। ਜਦੋਂ ਉਹ ਸੀਨ ਆਉਂਦਾ ਤਾਂ ਬੜੌਦਾ ਦੇ ਵਿੱਚ ਤਿੰਨ ਵਾਰ ਜਿਹੜੇ ਉੱਥੇ ਦਰਸ਼ਕ ਲੇਡੀ ਸੀ ਉਹ ਉਹਨੂੰ ਫੜਨ ਦੀ ਕੋਸ਼ਿਸ਼ ਵਿੱਚ ਜਾਂਦੀ ਸੀ। ਮੈਂ ਤਿੰਨ ਵਾਰ ਨਾਟਕ ਰੋਕਿਆ ਬੜੌਦਾ ਜੀ ਹੁੰਦਾ ਹੁੰਦਾ ਇੰਨੀ ਲੋਕਾਂ 'ਚ ਖਿੱਚ ਸੀ ਇਹ ਸਭ ਤੋਂ ਵੱਡੀ ਜਿਹੜਾ ਤੁਹਾਡਾ ਕਲਾਚਰ ਵੀ ਇੰਨਾ ਫੇਮਸ ਕਿਉਂ ਹੋਇਆ ਡਾਕਟਰ ਅੰਬੇਦਕਰ ਵੈਸੇ ਇੰਨੀ ਫੇਮਸ ਆ ਮੈਂ ਤਾਂ ਲੱਕੜ ਲੋਹੇ ਨਾਲ ਲੱਕੜ ਨਾਲ ਲੋਹਾ ਕਰ ਗਿਆ ਉਹਦਾ ਕਰਕੇ ਮੇਰੀ ਪੂਰੀ ਵਾਰ ਪਛਾਣ ਬਣ ਗਈ ਹੈ। ਡਾ ਗ੍ਰੇਟ ਅੰਬੇਦਕਰ ਦੀ ਖੂਬੀ ਇਹ ਹੈ ਕਿ ਉਹ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੈਂ ਲਿਖਿਆ ਹੈ। ਐਸ ਐਲ ਵੈਦੀ ਦੀ ਕਿਤਾਬ ਹੈ ਇੱਕ ਮਨੁੱਖਤਾ ਦੇ ਮਸੀਹਾ ਡਾਕਟਰ ਅੰਬੇਦਕਰ ਮੈਂ ਉਹਦੇ ਆਧਾਰ 'ਤੇ ਲਿਖਿਆ ਸੀ ਹੁਣ ਇਹ ਛਪ ਰਿਹਾ ਹੈ ਇੰਨਾ ਜ਼ਿਆਦਾ ਛਪ ਰਿਹਾ ਇਹ ਤੁਸੀਂ ਸੋਚ ਨਹੀਂ ਸਕਦੇ। ਪਹਿਲਾ ਪੰਜਾਬੀ ਦਾ ਨਾਟਕ ਹੈ ਜਿਹਦੀ 1200 ਕਾਪੀ ਛਪ ਰਹੀ ਹੈ ਨਹੀਂ 200 ਤੋਂ ਵੱਧ ਨਾਟਕ ਲੀਗਾ ਫਿਰ ਹੀ ਆਉਂਦੀ ਔਰ ਤਿੰਨਾਂ ਭਾਸ਼ਾਵਾਂ ਚੱਲ ਰਿਹਾ ਹੈ ਉਰਦੂ ਪੰਜਾਬੀ ਅਤੇ ਮਰਾਠੀ ਤਿੰਨਾਂ ਭਾਸ਼ਾਵਾਂ। ਮੇਰਾ ਨਾਮ ਅਭਿਸ਼ੇਕ ਬੀ ਏ ਫਸਟ ਈਅਰ ਦਾ ਵਿਦਿਆਰਥੀ ਹਾਂ। ਤੁਹਾਡਾ ਜਿਹੜਾ ਨਾਟਕ ਹੈ ਨਜ਼ੀਰਾ ਬੇਗਮ ਉਹਦੇ ਵਿੱਚ ਨਜ਼ੀਰਾ ਬੇਗਮ ਦੀ ਉਹ ਇੰਨੀ ਬਰੀਕੀ ਨਾਲ ਕਿੱਦਾਂ ਘੜਿਆ ਨਜ਼ੀਰਾ ਬੇਗਮ ਦਾ ਜੀ ਇੱਕ ਵਾਰ ਨਾ ਨਜ਼ੀਰਾ ਬੇਗਮ ਨਾਟਕ ਮੈਂ ਫਿਰੋਜ਼ਪੁਰ ਯੂਥ ਫੈਸਟੀਵਲ 'ਤੇ ਖੇਡ ਰਿਹਾ ਸੀ ਅੱਧੇ ਕੁ ਮਿੰਟ 'ਚ ਡੇਢ ਮਿੰਟ 'ਚ ਤੁਹਾਡਾ ਜਵਾਬ ਹੋਊਗਾ। ਤੂੰ ਡੀ ਕੇ ਕਾਲਜ ਵੱਲੋਂ ਲੈ ਕੇ ਗਿਆ ਸੀ ਉੱਥੋਂ ਜਦੋਂ ਮੈਂ ਨਾਟਕ ਦਾ ਸੈੱਟ ਉਤਾਰ ਕੇ ਰੱਖਣ ਲੱਗਾ ਉਹਦੇ 'ਚ ਆਪਣੇ ਟਰੱਕ 'ਚ ਉੱਥੋਂ ਦੀ ਇੱਕ ਮੈਡਮ ਮੈਨੂੰ ਮੁਹੰਮਦ ਮੋਹੀ ਕਹਿਣ ਲੱਗ ਗਈ ਮੁਹੰਮਦ ਮੋਹੀ ਮੈਨੂੰ ਮੁਸਲਮਾਨ ਉਹ ਕਹਿੰਦੀ ਤੂੰ ਮੁਸਲਮਾਨ ਮੈਂ ਕਿਹਾ ਹਾਂ ਮੈਂ ਮੁਸਲਮਾਨ ਹੂੰ। ਇੰਨੀ ਬਰੀਕੀ ਨਾਲ ਕਰੈਕਟਰ ਕਿਵੇਂ ਘੜੇ ਜਾਂਦੇ ਆ ਇੰਨੀ ਬਰੀਕੀ ਨਾਲ ਇਹ ਮੈਂ ਕਰੈਕਟਰ ਨਜ਼ੀਰਾ ਬੇਗਮ ਦਾ ਤਾਂ ਘੜਿਆ ਕਿਉਂਕਿ ਮੁਸਲਮਾਨਾਂ ਪਰਿਵਾਰਾਂ ਦੇ ਵਿੱਚ ਮੁਸਲਮਾਨ ਜਿਹੜੇ ਲੋਕਾਂ ਵਿੱਚ ਇਮਾਨਦਾਰੀ ਬਹੁਤ ਆ ਉਹ ਸੱਚੇ ਹੁੰਦੇ ਆ ਮੁਸਲਮਾਨ ਉਹ ਝੂਠ ਨਹੀਂ ਬੋਲਦੇ ਇਮਾਨਦਾਰ ਬਹੁਤ ਹੁੰਦੇ ਆ। ਮੁਸਲਮਾਨ ਦਾ ਨਾਮ ਹੀ ਮੁਸਲਮਾਨ ਦਾ ਮਤਲਬ ਵੀ ਇਮਾਨਦਾਰ ਅਤੇ ਸੱਚਾ ਹੁੰਦਾ ਹੈ। ਮੇਰੇ ਮੈਂ ਮੁਸਲਮਾਨਾਂ ਦੇ ਜਨਾਜ਼ਿਆਂ ਵਿੱਚ ਵੀ ਜਾਂਦਾ ਮੈਂ ਮੁਸਲਮਾਨਾਂ ਦੇ ਨਿਕਾਹਾਂ ਵਿੱਚ ਵੀ ਜਾਂਦਾ ਹਾਂ
ਇਸ ਕਰਕੇ ਮੈਨੂੰ ਨਜ਼ੀਰਾ ਬੇਗਮ ਦਾ ਜਿਹੜਾ ਕਰੈਕਟਰ ਫੜਨ ਦਾ ਜਿਹੜਾ ਆਇਆ ਸੀ ਉਹ ਇੰਨੀ ਦੁਖੀ ਆ ਉਹਦੇ ਵਿੱਚ, ਇੰਨੀ ਦੁਖੀ ਆ ਉਹਦੇ 'ਚ ਜਿਹੜੀ ਮੇਨ ਕਰੈਕਟਰ ਦਾ ਨਜ਼ੀਰਾ ਬੇਗਮ, ਤਾਂ ਹੀ ਉਹਦਾ ਕਰੈਕਟਰ ਜ਼ਿਆਦਾ ਫੜ ਲਿਆ ਕਿਉਂਕਿ ਮੈਂ ਮੁਸਲਮਾਨਾਂ ਦੇ ਪਰਿਵਾਰਾਂ ਦੇ ਵੀ ਨੇੜਾਂ ਅਤੇ ਮੁਸਲਮਾਨ ਵੈਸੇ ਵੀ ਚੰਗੇ ਹੁੰਦੇ ਆ ਮੁਸਲਮਾਨਾਂ ਦੇ ਨਾਮ 'ਤੇ। ਸਾਡੇ ਟੋਨੀ ਬਾਦਸ਼ ਇੱਕ ਬਹੁਤ ਵੱਡੇ ਰੰਗਕਰਮੀ ਸੀ ਪਿੱਛੇ, ਟੋਨੀ ਬਾਦਸ਼ ਨਾਮ ਸੁਣਿਆ ਹੋਣਾ ਸ਼ਾਇਦ, ਜੇ ਤੁਸੀਂ ਮੇਰੇ ਨਾਟਕਾਂ ਨੂੰ ਇਹਨਾਂ ਦੇਖਿਆ ਹੈਗਾ ਮਤਲਬ ਪੜ੍ਹੇ ਵੀ ਗੱਲ ਕਿਤਾਬਾਂ ਤਾਂ ਹੀ ਸਵਾਦ ਹੋ ਰਹੇ। ਦੂਸਰੀ ਗੱਲ ਇਹ ਹੋਈ ਪਈ ਆ ਵੀ ਟੋਨੀ ਬਾਦਸ਼ ਬਠਿੰਡੇ ਤੋਂ ਇੱਕ ਬਹੁਤ ਵੱਡੇ ਰੰਗਕਰਮੀ ਹੋਈ ਆ ਸਰ। ਮੈਂ ਆਪਣੀ ਕਲਾਸ 'ਚ ਹੁੰਦਾ ਸੀ, ਮੈਂ ਪੌੜੀਆਂ 'ਤੇ ਬੈਠ ਕੇ ਨਾ ਉਹਨਾਂ ਦਾ ਨਾਟਕ ਦੇਖਦਾ ਹੁੰਦਾ ਸੀ, ਉਹ ਰਹੱਸਮ ਕਰਾਉਂਦੇ, ਉਦੋਂ ਮੇਰਾ ਇੰਟਰਸਟ ਬਣ ਗਿਆ ਉਹਦੇ 'ਚ। ਫਿਰ ਦਸਵੀਂ ਕਲਾਸ ਦੇ ਵਿੱਚ ਜਦੋਂ ਮੈਂ ਹੋਇਆ ਉਹ ਫਿਰ ਨਾਟਕ ਕਰਾਉਣ ਲੱਗ ਗਿਆ, ਦੋਨਾਂ ਨੇ ਨਾਟਕ ਕੀਤਾ, ਪ੍ਰੋਫੈਸਰ ਅਜਮੇਰ ਸਿੰਘ ਔਰ ਨਾਟਕ ਸੀ ਚਿਨਾਹ ਦੀ ਬਾਣੀ, ਉਹ 'ਚ ਮੈਂ ਰੋਲ ਕੀਤਾ ਸੀ। ਫਿਰ ਅੱਗੇ ਜਾਂਦਾ ਜਾਂਦਾ ਫਿਰ ਮੈਂ ਜਦੋਂ ਬੀ ਏ ਕਰਨ ਲੱਗ ਗਿਆ ਫਿਰ ਤਾਂ ਮੈਂ ਪੂਰੀ ਤਰ੍ਹਾਂ ਨਾਟਕ ਦੇ ਨਾਲ ਕੰਮ ਕੀਤਾ, ਪ੍ਰੋਫੈਸਰ ਸਭ ਵੱਡੇ ਵੱਡੇ ਡਾਇਰੈਕਟਰਾਂ ਦੇ ਨਾਲ ਮੈਂ ਕੰਮ ਕੀਤਾ। ਫਿਰ ਮੈਂ ਜਦੋਂ ਐੱਮ ਏ ਕੀਤੀ ਪੰਜਾਬੀ, ਮੈਂ ਤਾਂ ਕਲਾਸਾਂ ਹੀ ਨਹੀਂ ਲਾਉਣਾ ਹੁੰਦਾ ਸੀ ਪੰਜਾਬੀ, ਉੱਥੇ ਐੱਮ ਏ ਦੇ ਨਾਲ ਨਾਟਕ ਹੀ ਕਰਦਾ ਰਹਿੰਦਾ ਸੀ, ਨਾਟਕ ਹੀ ਕਰਦਾ ਸੀ। ਮੈਨੂੰ ਮੈਡਮ ਬਹੁਤ ਕਹਿੰਦੇ ਤੂੰ ਪਾਸ ਹੋਈ ਨਾ, ਪਰ ਜਦੋਂ ਪੜ੍ਹਨੇ ਚੱਲਦਾ ਸੀ ਭਾਸ਼ਾ ਵਿਗਿਆਨ 'ਚ ਮੰਨ ਗਈ ਮੈਡਮ, ਕਹਿੰਦੀ ਮੈਨੂੰ ਨੋਟਸ ਭਾਸ਼ਾ ਵਿਗਿਆਨ 'ਚ ਤੇਰੇ ਇੰਨੇ ਨੰਬਰ ਆ ਐੱਮ ਏ 'ਚ, ਪਤਾ ਨਹੀਂ ਮੈਨੂੰ ਆਪੇ ਸਾਰਾ ਸਾਹਿਤ ਹੀ ਪਿਆ ਹੈ ਪੰਜਾਬੀ ਦਾ, ਪੰਜਾਬੀ 'ਚ ਨਾਵਲ ਪਿਆ, ਨਾਟਕ ਪਿਆ, ਕਾਵਿ ਰਚਨਾ ਪਿਆ, ਗੁਰਮਤਿ ਸਾਹਿਤ ਪਿਆ ਮੈਡਮ, ਸੂਫੀ ਕਾਵਿ ਪਿਆ ਹੈ। ਤਾਂ ਕਰਕੇ ਮੇਰਾ ਇੰਟਰਸਟ ਹੈ ਜਿਹੜਾ ਅੱਠਵੀਂ ਕਲਾਸ ਤੋਂ ਹੀ ਰਾਜੇ ਬਣ ਗਿਆ ਸੀ, ਬਹੁਤ ਸੋਹਣਾ ਕਲਾਸ ਸੀ। ਹੁਣ ਮੈਂ ਪ੍ਰੋਫੈਸ਼ਨਲ ਹਾਂ ਨਾਟਕ ਦੇ ਵਿੱਚ। ਔਰ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਮਾਲਵੇ 'ਚ ਅਸੀਂ ਚਾਰ ਪੰਜ ਹੀ ਹਾਂ ਨਾਟਕਕਾਰ ਹਾਂ ਜਿਹੜੇ ਡਾਇਰੈਕਟਰਾਂ ਜਿਹੜੇ ਪੈਸੇ ਕਮਾ ਰਹੇ ਹਾਂ, ਔਰ ਮੋਟੇ ਪ੍ਰਿੰਸੀਪਲ ਮੈਡਮ ਮੈਨੂੰ ਕਹਿੰਦੀ ਰਾਜੇ ਲਿਆ, ਮੈਂ ਕਿਹਾ ਜਾ ਵੜਿਆ, ਕਹਿੰਦੇ ਤੂੰ ਇਕੱਲੀ ਨਾਟਕ ਹੀ ਕਰਾਉਣਾ, ਮੈਂ ਕਿਹਾ ਹਾਂ, ਕਹਿੰਦੇ ਤੁਹਾਨੂੰ ਤਾਂ ਅਸੀਂ ਢਿੱਡੀ ਕੇ ਕਾਲਜ, ਉਹ ਕਹਿੰਦੇ ਉੱਥੋਂ ਡਾਕਟਰ ਸੁਭਾਸ ਸੁਭਾਸ ਸਰ ਉੱਥੇ ਉਹਨਾਂ ਦੀ ਮਿਸਿਜ ਢਿੱਡੀ ਕੇ ਕਾਲਜ ਪ੍ਰਿੰਸੀਪਲ ਲੱਗੇ ਹੋਏ ਆ ਮੈਡਮ ਨੇ, ਕਹਿੰਦੇ ਤੂੰ ਨਾਟਕ ਕਰਾਉਣਾ, ਮੈਂ ਕਿਹਾ ਕਰਾਉਣਾ, ਮੈਂ ਕਿਹਾ ਪੈਸਾ ਦੀ ਕੋਈ ਗੱਲ ਨਹੀਂ। ਜਦੋਂ ਨਾਟਕ ਖਤਮ ਹੋ ਗਿਆ ਬਰਨਾਲੇ ਯੂਥ ਫੈਸਟੀਵਲ ਹੋਇਆ, ਮੈਨੂੰ ਕਹਿੰਦੇ ਪੈਸੇ ਕਿੰਨੇ, ਮੈਂ ਕਿਹਾ ਜੀ ਇੰਨੇ, ਕਹਿੰਦੇ ਇੰਨੇ, ਇੰਨੇ ਤਾਂ ਅਸੀਂ ਸਾਰੇ ਯੂਥ ਫੈਸਟੀਵਲ 'ਚ ਨਹੀਂ ਖਾਧਾ, ਪੈਸੇ ਲੈ ਜਿੰਨੇ ਤੂੰ ਗੱਲਾਂ ਮੰਗੀਆਂ ਨੂੰ, ਮੈਂ ਕਿਹਾ ਜੀ ਹੁਣ ਤਾਂ ਦੇ ਦਿੰਦਾ, 1,60,000 ਲਿਆ ਸੀ ਉਸ ਨਾਲ। ਦੋ ਨਾਟਕ ਆਇਆ, ਇੱਕ ਨਾਟਕ ਹੀ ਆ ਜੇ ਮੈਨੂੰ ਸਾਲ ਨਾਲ, ਦੋ ਆਇਆ ਮੈਨੂੰ ਕੋਈ ਪਰਵਾਹ ਨਹੀਂ, ਸਾਰੇ ਸਾਲ ਪੈਸੇ ਚਲੇ ਜਾਂਦਾ, ਮੈਂ ਕਿਹੜਾ ਨਸ਼ਾ ਕਰਦਾ ਨਾ, ਮੈਂ ਨਾਟਕ ਪੈਸੇ ਵੀ ਮੈਥੋਂ ਕਰਾ ਲਓ, ਸਰ ਬੈਠੇ ਮੈਂ 40-45,000 ਤੋਂ ਪਾਰਟੀ ਕਰ, ਸਾਊਂਡ ਵੀ ਮੇਰੀ ਆਪਦੀ ਆਉਂਦੀ ਆ, ਪਿਛਲੇ ਸਾਲ ਮੈਂ ਸਿਰਫ 30 ਨਾਟਕ ਕੀਤੇ ਆ ਅਤੇ ਜਿਹੜੇ ਹੋਰ ਮੇਰੇ ਨਾਲ ਗਏ ਇਹਨਾਂ ਨੇ 200-200 ਕਰਤੇ, ਮਹਿੰਗਾ ਡਾਇਲੋਗ ਸੁਣਾਓ ਜੀ।
ਸਾਡਾ ਕੋਈ ਨਾਟਕ ਸਾਹਮਣੇ ਇੱਕ ਬਿਰਧ ਆਸ਼ਰਮ ਦੇ ਉੱਪਰ ਮੈਂ ਨਾਟਕ ਖੇਡਦਾ ਜੀ। ਉੱਥੇ ਇੱਕ ਬਿਰਧ ਆਸ਼ਰਮ ਦੀ ਜਿਹੜੀ ਚੇਅਰਪਰਸਨ ਆ, ਇੱਕੋ ਇੱਕੋ ਦੋ ਵਾਕ ਹੀ ਸੁਣਾਉਣੇ ਆ ਮੈਂ। ਉਹ ਜਦੋਂ ਉੱਥੇ ਬਿਰਧ ਆਸ਼ਰਮ ਦੇ ਵਿੱਚ ਆਪਣੀ ਮਾਂ ਨੂੰ ਛੱਡਣ ਆਉਂਦਾ ਇੱਕ ਮੁੰਡਾ, ਉਹ ਕਹਿੰਦਾ ਵੀ ਅਸੀਂ ਬਹੁਤ ਦੂਰ ਤੋਂ ਆਏ ਹਾਂ, ਬਹੁਤ ਦੂਰ ਤੋਂ ਆਏ ਹਾਂ, ਅਤੇ ਮੈਂ ਅਮੈਰੀਕਾ ਜਾਣਾ ਹੈ ਥੋੜ੍ਹੇ ਦਿਨਾਂ ਤੱਕ, ਪਟਵਾਰੀ ਦੀ ਜਮ੍ਹਾਂ ਪੈਂਦੀ ਹੈ ਜੀ। ਤਾਂ ਉੱਥੇ ਜਿਹੜੀ ਉਹਦੀ ਚੇਅਰਪਰਸਨ ਆ ਉਹਨੂੰ ਟਾਲਣਾ ਚਾਹੁੰਦੀ ਹੈ ਵੀ ਚਲੀ ਜਾਵੇ, ਕਿਉਂਕਿ ਉੱਥੇ ਜਿਹੜੇ ਲੋਕ ਬਿਰਧ ਆਸ਼ਰਮ ਦੇ ਵਿੱਚ ਆਪਣੀ ਮਾਵਾਂ ਨੂੰ ਛੱਡਣ ਆਉਂਦੇ ਆ, ਪਿਓਾਂ ਨੂੰ ਛੱਡਣ ਆਉਂਦੇ ਆ, ਉਹ ਵਾਪਸੀ ਨਹੀਂ ਆਉਂਦੀ, ਡੋਨੇਸ਼ਨ ਦਿੰਦੀਆਂ 10-10 ਲੱਖ, 5-5 ਲੱਖ। ਤੁਸੀਂ ਕਹਿੰਦੇ ਗੁਰੂ ਨਾਨਕ ਬਿਰਧ ਆਸ਼ਰਮ ਤਾਂ ਦੇਖੋ ਦੁਰਾਹੇ ਜਾ ਕੇ, ਡਾਕਟਰ ਸੋਮਪਾਲ ਹੀਰਾ ਜੀ ਪੜ੍ਹਾਉਂਦੇ ਉੱਥੇ ਥੋੜ੍ਹਾ ਜਿਹਾ ਦੂਰ ਆਪਣੇ ਕਾਲਜ ਤੋਂ, ਮੈਂ ਕਦੇ ਕਦੇ ਜਾਂਦਾ ਹੁੰਦਾ। 10-10 ਲੱਖ ਆਉਂਦਾ ਉਹਨਾਂ ਨੂੰ ਡੋਨੇਸ਼ਨ, ਪਰ ਮਿਲਦੀ ਹੈ। ਫਿਰ ਉਹ ਕਹਿੰਦੀ ਆ, ਉਹ ਕਹਿੰਦਾ ਮੈਂ ਸ਼ਿਰਕੀ ਜਾਣਾ, ਅਤੇ ਉਹ ਕਹਿੰਦੀ ਮੇਰਾ ਨਾਮ ਆ ਜਿਹੜਾ ਉਹ ਸਵਿਤਰੀ ਦੇਵੀ ਆ। ਸਵਿਤਰੀ ਵੀ ਇੱਕ ਬਹੁਤ ਵੱਡੀ ਨਾਇਕਾ ਭਾਰਤ ਦੀ, ਤੁਹਾਨੂੰ ਜਾਂਦਾ ਜਾਂਦਾ ਦੱਸ ਜਾ ਮੈਂ, ਭਾਰਤ ਦੀ ਪਿਹੜੀ ਪਹਿਲੀ ਲੇਡੀ ਟੀਚਰ ਆ ਉਹ ਸਵਿਤਰੀ ਬਾਈ ਫੁੱਲੇ ਆ, ਜੋਤੀ ਬਾਈ ਰਾਓ ਫੁੱਲੇ ਦੀ ਪਤਨੀ ਆ। ਡਾਕਟਰ ਬੀ ਆਰ ਅੰਬੇਡਕਰ ਐਮ ਏ ਨਹੀਂ ਬਣ ਗਏ, ਡਾਕਟਰ ਬੀ ਆਰ ਅੰਬੇਡਕਰ ਜੀ ਦੇ ਗੁਰੂ ਆ ਜੋਤੀ ਬਾਈ ਰਾਓ ਫੁੱਲੇ, ਉਹਨਾਂ ਦੀ ਪਤਨੀ ਹੈ। ਕਦੇ ਗੁਲਾਮ ਮੇਰੀ ਕਿਤਾਬ ਪੜ੍ਹਾਉਂਦਾ ਮੈਂ 4-5 ਵਾਰੀ ਪੜ੍ਹ। ਫਿਰ ਉਹ ਕਹਿੰਦੀ ਆ, ਉਹ ਕਹਿੰਦਾ ਜੀ ਮੈਂ ਇੱਡੀ ਦੂਰੋਂ ਆਇਆ, ਉਹ ਕਹਿੰਦੀ ਮੈਥੋਂ ਦੀ ਚੇਅਰਪਰਸਨ, ਉਹ ਕਹਿੰਦੀ ਵੀਰ ਤਾਂ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਆ, ਮੈਥੋਂ 10 ਲੱਖ ਦਾ ਚੈੱਕ ਲੈ। ਫਿਰ ਉੱਥੋਂ ਜਿਹੜੀ ਲੇਡੀ ਆ ਸਵਿਤਰੀ ਨਾਮ ਦੀ, ਉਹਨੂੰ ਕਹਿੰਦੀ ਆ ਮੈਨੂੰ ਲੱਗਦਾ ਤੁਹਾਨੂੰ ਗਲਤ ਫਹਿਮੀ ਹੋ ਗਈ ਆ ਵਿਸ਼ਨੂੰ ਦੇ ਸਿਰ, ਇੱਥੇ ਆ ਕੇ ਮੁਕਤੀ ਜ਼ਰੂਰ ਮਿਲਦੀ ਹੈ ਪਰ ਰਿਸ਼ਤੇ ਦੇ ਸੌਦੇ ਨਹੀਂ ਹੁੰਦੇ। ਜਿਨ੍ਹਾਂ ਨੇ ਵੀ ਤੁਹਾਨੂੰ ਇਸ ਸੰਸਥਾ ਲਈ ਰੈਕਮੈਂਡ ਕੀਤਾ ਕਿ ਉਹਨਾਂ ਨੇ ਤੁਹਾਨੂੰ ਇਸ ਸੰਸਥਾ ਦੇ ਰੂਲ ਐਂਡ ਰੈਗੂਲੇਸ਼ਨ ਹੀ ਦੱਸੇ, ਅੱਜ ਸੰਡੇ ਆ ਮਿਸਟਰ ਉਦੇ ਸਿੰਘ, ਅਤੇ ਸੰਡੇ ਨੂੰ ਇਸ ਸੰਸਥਾ ਦੇ ਵਿੱਚ ਛੁੱਟੀ ਹੁੰਦੀ ਆ। ਇਹ ਉਹਦਾ ਧੰਨਵਾਦ ਸੀ। ਇੱਕ ਹੋਰ ਸੁਣਾਉਣ ਲੱਗਾ ਘਰ ਘਰ ਪ੍ਰੀਤੀ ਨਾਮ ਦੀ ਕੁੜੀ ਕਹਿੰਦੀ ਆਪਣੀ ਮਾਂ ਨੂੰ, ਮਾਂ ਮਾਂ ਮੈਂ ਤਾਂ ਭੁੱਲ ਹੀ ਗਈ ਕਿ ਮੈਂ ਵੀ ਆਪਣੇ ਚਾਵਾਂ ਨੂੰ ਚਾਦਰਾਂ ਤੇ ਫੁਲਕਾਰੀਆਂ ਤੇ ਸਜਾਇਆ ਸੀ, ਪਰ ਮੈਨੂੰ ਕੀ ਪਤਾ ਸੀ ਮਾਂ ਕਿ ਅੱਜ ਦੀ ਕੁੜੀ ਦੇ ਸਪਨੇ ਚਾਦਰ ਫੁਲਕਾਰੀਆਂ ਤੇ ਨਹੀਂ ਬਲਕਿ ਇੰਟਰਨੈਟ ਦੇ ਵੈਬਸਾਈਟ ਤੇ ਦੇਖੇ ਜਾਂਦੇ ਆ। ਪਰ ਉਹਨਾਂ ਡੈਲਰ ਪੌਂਡਾ ਵਾਲਿਆਂ ਨੇ ਤਾਂ ਉਹਨਾਂ ਕੁੜੀਆਂ ਦੇ ਸੁਪਨਿਆਂ ਨੂੰ ਵੀ ਚੱਕਣਾ ਚੂਰ ਕਰਤਾ ਹੋਣਾ ਮਾਂ, ਜਿਨ੍ਹਾਂ ਨੇ ਆਪਣੇ ਬਰ ਇੰਟਰਨੈਟ ਤੇ ਲੱਭੇ ਸੀ। ਘਰ ਘਰ ਹੋ ਅੱਗ ਨਾਲ ਹਾਂ ਹਾਂ
ਸਬਜੈਕਟ ਹੈ। ਦੁਨੀਆ ਦੇ ਵਿੱਚ ਤੁਹਾਨੂੰ ਦੁਨੀਆ ਦੇ ਵਿੱਚ ਤੁਹਾਨੂੰ ਨਸ਼ੇ ਕਰਦੇ ਸਿਖਾਇਆ ਕਿ ਨਹੀਂ ਸਿਖਾਇਆ? ਭ੍ਰਿਸ਼ਟਾਚਾਰ ਸਿਖਾਇਆ ਕਿ ਨਹੀਂ ਸਿਖਾਇਆ? ਕੁੜੀਆਂ ਛੇੜਨੀਆਂ ਸਿਖਾਈਆਂ ਕਿ ਨਹੀਂ ਸਿਖਾਈਆਂ? ਕਤਲ ਵੀ ਉਹਨਾਂ ਨੇ ਕਰਨੇ ਸਿਖਾਇਆ। ਇੰਨੀ ਬਨੌਟੀ ਜ਼ਿੰਦਗੀ ਜਿਉਂਦੇ ਆ ਫਿਲਮਾਂ ਵਾਲੇ, ਇੰਨੀ ਬਨੌਟੀ ਜ਼ਿੰਦਗੀ ਜਿਉਂਦੇ ਆ। ਮੈਂ ਨਾਮ ਨਹੀਂ ਲੈਣਾ ਕਿਸੇ ਐਕਟਰ ਦਾ, ਉਹ ਕਹਿੰਦਾ ਯਾਰ ਬਾਹਲੀ ਬਨੌਟੀ ਜ਼ਿੰਦਗੀ ਆ ਸਾਡੀ। ਫਿਲਮਾਂ ਵੀ ਕੋਈ ਚੀਜ਼ ਹੁੰਦੀ ਆ, ਫਿਲਮਾਂ 'ਚ ਅਸੀਂ ਹੋਰ ਕੁਛ ਹੁੰਦੇ ਹਾਂ, ਜ਼ਿੰਦਗੀ ਵਿੱਚ ਕੁਛ ਹੋਰ ਆ। ਇੱਕ ਮੈਨੂੰ ਐਕਟਰ ਨਹੀਂ ਕਹਿੰਦੀ ਪੰਜਾਬੀ ਫਿਲਮਾਂ ਦੀ, ਕਹਿੰਦੀ ਲੋਕ ਸਾਨੂੰ ਛੇੜਨ ਤੋਂ ਬਿਨਾਂ ਕੋਈ ਗੱਲ ਹੀ ਨਹੀਂ ਕਰਦੇ, ਸਾਨੂੰ ਇੰਨੀ ਮਾੜੀ ਨਜ਼ਰ ਨਾਲ ਦੇਖਦੇ ਆ ਵੀ ਅਸੀਂ ਖਾਣ ਵਾਲੀ ਚੀਜ਼ ਹਾਂ ਕੋਈ। ਪਰ ਜਦੋਂ ਤੁਸੀਂ ਰੰਗ ਮੰਚ ਲਿਆਉਂਦੇ ਹੋ ਹੁਣ ਸਾਡੀ ਰੰਗ ਮੰਚ ਨੂੰ ਫਤਿਹ ਸਿੰਘ ਵਾਲ ਮਿਲ ਕੇ ਹੈ, ਨਰਮਦੇ ਸਿੰਘ ਨੂੰ ਸ਼ਾਇਦ ਤੁਸੀਂ ਦੇਖੋ ਜੀ ਪੰਜਾਬੀ ਰੰਗ ਜਿਹੜਾ ਨਾਟਕ ਦਾ ਸਟੇਟਸ ਹੁੰਦਾ, ਜਿਹੜਾ ਨਾਟਕ ਦਾ ਸਟੇਟਸ ਸਿੰਪਲ ਹੁੰਦਾ, ਉਹ ਫਿਲਮਾਂ ਤੋਂ ਬਹੁਤ ਉੱਚਾ ਹੁੰਦਾ ਜੀ। ਅਜਮੇਰ ਔਰਖ ਨੂੰ ਕਹਿੰਦੇ ਤੁਸੀਂ ਫਿਲਮ ਨਹੀਂ ਬਣਾਉਂਦੇ, ਉਹ ਕਹਿੰਦਾ ਮਹਿੰਗਾ ਤਾਂ ਬਣਾਉਣਾ, ਮੈਂ ਫਿਲਮ ਨਹੀਂ ਬਣਾਉਂਦਾ। ਗੁਰਸ਼ਰਨ ਭਾਈ ਮੰਨਾ ਸਿੰਘ ਕਿੱਡੇ ਵੱਡੇ ਨਾਟਕਕਾਰ ਆ, ਸਾਡੀ ਫਿਲਮ ਨਹੀਂ ਬਣਾਈ। ਸੁਰਜੀਤ ਸਿੰਘ ਸੇਠੀ ਨੇ ਬਣਾਈ ਆ, ਡਾਕਟਰ ਆਤਮਜੀਤ ਨੇ ਬਣਾਈ ਆ, ਸੋਮਪਾਲ ਨਹੀਂ ਬਣਾਉਂਦਾ, ਸਾਡਾ ਵੱਡਾ ਨਾਟਕਕਾਰ ਅੱਜ ਦਾ। ਤੁਸੀਂ ਤੁਹਾਨੂੰ ਕਈ ਵਾਰੀ ਮੈਡਮ ਇਹ ਭੁਲੇਖਾ ਪੈ ਜਾਂਦਾ ਵੀ ਜਿਹੜੇ ਅਸੀਂ ਟੈਲੀਵਿਜ਼ਨ ਤੇ ਲੜੀਵਾਰ ਨਾਟਕ ਆਉਂਦੇ ਹਾਂ ਨਾ, ਇੱਕ ਮਿੰਟ ਰਾਜੇ ਤੁਹਾਡੇ ਲਈ ਬਹੁਤ ਵਧੀਆ ਗੱਲ, ਤੁਹਾਨੂੰ ਕਈ ਵਾਰੀ ਰਾਜੇ ਇਸ ਗੱਲ ਦਾ ਮੈਡਮ ਭੁਲੇਖਾ ਪੈਂਦਾ, ਜਿਹੜੇ ਟੈਲੀਵਿਜ਼ਨ ਤੇ ਨਾਟਕ ਨਹੀਂ ਹੁੰਦੇ ਲੜੀਵਾਰ, ਉਹ ਨਾਟਕ ਨਹੀਂ ਹੁੰਦੇ, ਉਹ ਤਾਂ ਸੀਰੀਅਲ ਹੁੰਦੇ। ਹਰ ਨਾਟਕ ਨਹੀਂ ਖੇਡਿਆ ਜਾ ਸਕਦਾ, ਮੈਂ ਆਪਣੇ ਅਜਮੇਰ ਸਿੰਘ ਔਲਖਾ ਜਿਹੜੇ, ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਆਖੀ ਸੀ ਕਿ ਜਿਹੜੇ ਸਾਡੇ ਕੋਲ ਸਾਡੇ ਵੱਡੇ ਨਾਟਕਕਾਰ ਆ ਸੰਤ ਸਿੰਘ ਸੇਖੋਂ, ਉਹਦੇ ਨਾਟਕ ਨਹੀਂ ਖੇਡੇ ਕਿਉਂਕਿ ਜਹਾਜ਼ ਨੂੰ ਲੈ ਕੇ ਆਏ ਆ। ਹੁਣ ਅਸੀਂ ਜਹਾਜ਼ ਕਿਵੇਂ ਲੈ ਕੇ ਆਵਾਂਗੇ? ਉਹ ਰੇਲ ਗੱਡੀਆਂ ਲੈ ਕੇ ਆਏ ਆ, ਅਸੀਂ ਰੇਲ ਗੱਡੀਆਂ ਨਹੀਂ ਲੈ ਸਕਦੇ। ਕਈ ਨਾਟਕ ਉਹਦੇ ਪੜਿਆ ਸਮੁੰਦਰਾਂ 'ਚ ਲਾਈ ਜਾਂਦੇ ਲੋਕ, ਉਹਨਾਂ ਦੇ ਨਾਟਕ ਆ ਜਿਹੜੇ ਉਹ ਲਿਖਣ 'ਚ ਆਉਂਦੇ ਆ। ਹੋਰ ਵੀ ਬਹੁਤ ਸਾਰੇ ਨਾਟਕਕਾਰਾਂ ਦੇ ਮੈਂ ਨਾਮ ਲੈਣਾ ਲਾ ਦਿੰਦਾ, ਉਹ ਲਿਖਣ 'ਚ ਆਉਂਦੇ ਆ। ਤੁਹਾਡੇ ਸਿਲੇਬਸਾਂ ਵਿੱਚ ਪੜ੍ਹਾਈ ਜਾ ਸਕਦੇ ਆ, ਰੰਗ ਮੰਚ 'ਤੇ ਪੇਸ਼ ਨਹੀਂ ਹੁੰਦੇ। ਇੱਥੋਂ ਇੱਕ ਗੁੜੀਆ ਨੇ ਕੁਐਸਚਨ ਕੀਤਾ ਸੀ ਰੰਗ ਮੰਚ ਅਤੇ ਨਾਟਕ ਦਾ ਕੀ ਸੰਬੰਧ ਹੁੰਦਾ, ਬਹੁਤ ਸੋਹਣਾ ਕੁਐਸਚਨ ਸੀ, ਉਹ ਮੈਂ ਦਿੱਤਾ ਸੀ। ਤੁਹਾਡਾ ਵੀ ਕੁਐਸਚਨ ਵਧੀਆ ਸੀ, ਹਰ ਲਿਖ ਕੇ ਕਹਿੰਦਾ ਸੀ। ਜਿਹੜੀਆਂ ਗੱਲਾਂ ਇੱਕ
ਐਮਐਲਏ ਆ ਉੱਥੋਂ ਸਾਡੇ ਨਿਹਾਲ ਸਿੰਘ ਵਾਲੇ ਦਾ ਸਰਦਾਰ ਮਨਜੀਤ, ਉਹ ਕਹਿੰਦਾ ਯਾਰ ਜਿਹੜੇ ਗੱਲਾਂ ਅਸੀਂ ਰਿਪੋਰਟਾਂ ਹੁੰਦੀਆਂ ਨਾ ਤੁਸੀਂ ਲੋਕਾਂ ਨੂੰ ਦੱਸ ਦਿੰਦੇ, ਅਸੀਂ ਫਿਰ ਲੋਕਾਂ 'ਚ ਕਿਵੇਂ ਜਾਵਾਂਗੇ? ਇਸ ਕਰਕੇ ਗੌਰਮੈਂਟ ਨਾਲ ਤਾਂ ਸਾਡੀ ਬਣਦੀ ਨਹੀਂ ਹੁੰਦੀ, ਅਸੀਂ ਆਪਣੇ ਅਨੁਸਾਰ ਸਰ ਸਾਡੀ ਆਡੀਅੰਸ ਘੁਮਾ ਬਹੁਤ ਹੀ ਸਿਆਣੇ ਹੋ ਸਾਰੇ। ਮੇਰਾ ਇਹ ਸਾਲ ਦੱਸ ਕੇ ਹਟੇ ਸੀ ਰੰਗ ਮੰਚ ਦੇ ਉੱਪਰ, ਮੇਰਾ ਇਹ 15ਵਾਂ ਲੈਕਚਰ ਸੀ, ਮੈਂ ਛੇਤੀ 'ਚ ਮੁਕਾਉਣਾ ਚਾਹੁੰਦਾ ਸੀ, ਪਰ ਤੁਹਾਡਾ ਜਿਹੜਾ ਤੁਹਾਡੇ ਨਾਲ ਵਾਰਤਾਲਾਪ ਕੀਤੀ, ਤੁਸੀਂ ਕੁਐਸਚਨ ਪਤਾ ਨਹੀਂ ਕਿੱਥੋਂ ਲੈ ਕੇ ਆਏ ਏਡੇ ਵੱਡੇ ਵੱਡੇ, ਉਹਦੇ ਜਵਾਬ ਦੇਣ 'ਚ ਲੈਕਚਰ ਨਾਲੋਂ ਕੁਐਸਚਨਾਂ ਦੇ ਜਵਾਬ ਦੇਣ 'ਚ ਮੈਨੂੰ ਜ਼ਿਆਦਾ ਆਨੰਦ ਆਇਆ ਹੈ। ਏਡੇ ਵੱਡੇ ਵੱਡੇ ਤੇ ਇਹਦਾ ਮਤਲਬ ਤੁਸੀਂ ਮੇਰੇ ਨਾਟਕ ਪੜ੍ਹਦੇ ਹਾਂ ਦੇਖਦੇ, ਹੋਰ ਕਿਸੇ ਨੇ ਕਰਨਾ ਆ ਜਾਓ 2000 ਵੀ। ਕੀ ਲੋਕ ਧਾਰਾ ਨਾਲ ਮਿਲਕ ਤੇਲ ਖਾਂਦੇ, ਲੋਕਾਂ ਦੀ ਗੱਲ ਕਰਦੇ ਆ? ਮੇਰਾ ਸਭ ਤੋਂ ਵੱਡਾ ਇਹੀ ਗੱਲ ਹੁੰਦਾ ਕਿ ਮੈਂ ਲੋਕਾਂ ਨੂੰ ਮੈਸੇਜ ਕਨਵੇ ਕਰਦਾ ਸਾਰੇ ਨਾਲ, ਮੇਰੇ ਤੋਂ ਖਾਂ ਨਾ ਕਰ ਜੀਰਾ ਬੇਗਮ ਲੈ ਲਓ, ਮਿੱਟੀ ਦਾ ਪੁਤਲਾ ਲੈ ਲਓ, ਉਹਦੇ ਵਿੱਚ ਅਸਲ ਵਿੱਚ ਮੈਸੇਜ ਕਨਵੇ ਕਰਨ 'ਤੇ ਲੱਗਾ ਮੈਂ ਪਹਿਲਾਂ ਧਾਰ ਲੈਣਾ ਵੀ ਇਹਦਾ ਕਲਾਈਮੈਕਸ ਕੱਢਣਾ, ਜਿਹੜਾ ਤੁਹਾਨੂੰ ਪਤਾ ਨਾਟਕ 'ਚ ਕਲਾਈਮੈਕਸ ਹੁੰਦਾ ਅਤੇ ਫਿਲਮ 'ਚ ਐਂਡ ਹੁੰਦਾ, ਫਿਲਮ 'ਚ ਦੀ ਐਂਡ ਹੁੰਦਾ ਨੋਟ ਕਰ ਲਓ, ਨਾਟਕ 'ਚ ਉਹਨੂੰ ਕਲਾਈਮੈਕਸ ਕਹਿੰਦੇ ਆ। ਅੱਡੋ ਅੱਡੀ ਇਹਨਾਂ ਦੀ ਵਰਤ ਆ, ਫਿਲਮ ਤੁਹਾਡੀ ਸਕਰੀਨ ਪਲੇ ਆ, ਨਾਟਕ ਤੁਹਾਡੀ ਬਲੋਕਨ ਪਲੇ, ਉਹਨੂੰ ਬਲੋਕਨ ਕਹਿੰਦੇ ਆ ਨਾਟਕ 'ਚ, ਉੱਧਰ ਸਕਰੀਨ ਦੇ ਨਾਟਕ ਦੇ ਐਕਟਰ ਜਿਹੜੇ ਵੱਡੇ ਹੁੰਦੇ ਆ, ਨਾਟਕ ਦੇ ਐਕਟਰ ਨੂੰ ਜ਼ਿਆਦਾ ਮਹੱਤਤਾ ਹੁੰਦੀ ਹੈ, ਨਾਟਕ ਦੇ ਡਾਇਰੈਕਟਰ ਦੀ ਨਾਟਕ ਲਿਖਣ ਵਾਲੇ ਦੀ ਫਿਲਮ ਦੇ ਡਾਇਰੈਕਟਰ ਨਾਲ ਜ਼ਿਆਦਾ ਮਹੱਤਤਾ ਹੁੰਦੀ ਹੈ, ਕਿਉਂਕਿ ਨਾਟਕ ਦੇ ਉੱਪਰ ਕੀ ਹੈ ਹੁੰਦੀ ਹੈ, ਫਿਲਮ 'ਤੇ ਤਾਂ ਨਹੀਂ ਮਿਲਦਾ, ਫਿਲਮ ਤਾਂ ਨਹੀਂ ਤੁਹਾਡੇ ਕਿਸੇ ਸਿਲੇਬਸ ਵਿੱਚ ਲੱਗਦੀ, ਬੀ ਏ ਐੱਮ ਏ 'ਚ ਜਾਂ 10ਵੀਂ 12ਵੀਂ 'ਚ ਨਾਟਕ ਲੱਗਦਾ। ਇਸ ਕਰਕੇ ਜਦੋਂ ਨਾਟਕ ਦਾ ਕੋਈ ਮੈਸੇਜ ਕਨਵੇ ਹੋਣਾ ਚਾਹੀਦਾ, ਮੈਂ ਜਦੋਂ ਨਾਟਕ ਲੈਂਦਾ, ਹੁਣ ਮੇਰੇ ਕੋਲ ਨਵੀਂ ਇੱਕ ਕਿਤਾਬ ਆਈ ਆ, ਇੱਥੋਂ ਦੀ ਕੁੜੀ ਆ, ਉਹਨੇ ਦੂਸਰੀ ਕਿਤਾਬ ਲਿਖੀ ਆ, ਹਰਦੀਪ ਬਾਵਾ ਦਾ ਨਾਂ ਰਿਹਾ ਜੀ, ਬੜਾ ਸੋਹਣਾ ਕੰਸੈਪਟ ਆ, ਥੀਮ ਬਹੁਤ ਅੱਛਾ ਜੀ, ਉਹਦਾ ਨਾਮ ਆ ਨਾਵਲ ਦਾ ਵੇਸਵਾ ਨਹੀਂ ਹਾਂ ਮੈਂ, ਵੇਸਵਾ ਕੁੜੀਆਂ ਮੈਂ ਉਹਦਾ ਨਾਮ ਰੱਖਿਆ ਸਵਰਮਣੀ, ਨਾਟਕ ਦਾ ਉਹਦੀ ਮੇਨ ਕਰੈਕਟਰ ਆ, ਉਹ 'ਚ ਵੀ ਮੈਂ ਮੈਸੇਜ ਕਨਵੇ ਕਰਨਾ ਕਿ ਇਹ ਐਵੇਂ ਨਹੀਂ ਹੁੰਦੇ ਜਿਵੇਂ ਤੁਸੀਂ ਕਹਿ ਦਿੰਦੇ ਹੋ, ਹੋਟਲ ਵਾਲਾ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਵਧੀਆ ਪੜਵਾ ਰਿਹਾ, ਤੁਹਾਡੇ ਕਹਿਣ ਦਾ ਮਤਲਬ ਜਦੋਂ ਨਾਟਕ ਲੈਂਦਾ ਮੈਂ ਮੈਸੇਜ ਕਨਵੇ ਕਰਨ ਦੀ ਹੀ ਕੋਸ਼ਿਸ਼ ਕਰਦਾ, ਬਹੁਤ ਸੋਹਣੇ ਕੁਐਸਚਨ ਕੀਤੇ ਆ, ਤੁਸੀਂ ਕਿਸੇ ਪੀਰ ਉਸਤਾਦ ਦੇ ਮੈਨੂੰ ਚੰਡੇ ਲੱਗਦੇ ਹੋ, ਇਹੋ ਜਿਹੇ ਦਾ ਯੂਨੀਵਰਸਿਟੀ 'ਚ ਮੇਰਾ ਸੀ ਉੱਥੇ ਵੀ ਕੁਐਸਚਨ ਹੋਏ ਆ, ਤੁਹਾਡੇ ਡਾਕਟਰ ਹਰਮੀਤ ਮੈਡਮ ਬੈਠੇ ਆ, ਸਰ ਖੜ੍ਹੇ ਆ, ਪ੍ਰਿੰਸੀਪਲ ਸਾਹਿਬ ਆ, ਸਾਡੇ ਦਰਮਿਆਨ ਵੱਡੇ ਬੰਦੇ ਆਏ ਹੋਏ ਆ, ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਰਨਲ ਸਕੱਤਰ ਆ, ਸੰਧੂ ਬਰਿਆਨ ਜੀ, ਸਰ ਹੋ ਜਾਓ ਹੁਣ ਦਿਖਾ ਦਿਓ ਮਾੜਾ ਜਿਹਾ, ਸੰਧੂ ਬਰਿਆਨ ਜੀ ਇਹਨਾਂ ਤੋਂ ਬੜਾ ਕੁਛ ਸਿੱਖੀ ਦਾ, ਹੁਣ ਇਹਨਾਂ ਨੇ ਮੈਨੂੰ ਪੰਜਾਬ ਦੀ ਜਿਹੜੀ ਭਾਰਤ ਦੀ ਸਕੂਲ ਆਫ ਡਰਾਮਾ ਕਮੇਟੀ ਆ ਉਹਦਾ ਮੁਖੀ ਥਾਪਿਆ ਹੋਇਆ ਹੈ, ਉਹ 'ਚ ਵੀ ਮੈਂ ਕੰਮ ਕਰਦਾ, ਠੀਕ ਆ ਵੀ? ਹੋਰ ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਨੂੰ ਲੱਗਦਾ ਮੈਂ ਘੰਟੇ ਤੋਂ ਸਵਾ ਘੰਟੇ ਦੇ ਵਿੱਚ ਰਹਿ ਗਿਆ।
ਜਦੋਂ ਦਾ ਮੈਂ ਸ਼ੁਰੂ ਹੋਇਆ ਔਰ ਇੰਨਾ ਆਨੰਦ ਆਇਆ ਤੁਹਾਡੇ ਨਾਲ ਗੱਲ ਕਰਕੇ, ਇੰਨੇ ਵਧੀਆ ਕੋਸ਼ਿਸ਼ ਕੀਤੇ ਤੁਸੀਂ ਬਹੁਤ, ਤੁਹਾਡੇ ਪੰਜਾਬੀ ਵਿਭਾਗ ਦਾ ਮੈਡਮ ਹਰਮੀਤ ਕੌਰ ਸਰ ਖੜ੍ਹੇ ਆ, ਸਾਰਾ ਸਟਾਫ ਆ ਤੁਹਾਡਾ, ਖਾਸ ਕਰਕੇ ਤੁਸੀਂ ਡਾਇਰੈਕਟਰ ਨੂੰ ਸੁਣਿਆ ਔਰ ਡਾਇਰੈਕਟਰ ਨੂੰ ਸਮਝਿਆ, ਮੇਰੇ ਨਾਟਕਾਂ ਨੂੰ ਪੜ੍ਹਦੇ ਹੋਵੋਗੇ ਦੇਖਦੇ ਹੋਵੋਗੇ ਤੁਹਾਡੇ 'ਚ ਕਿੱਡੇ ਵੱਡੇ ਉਠਾਦੇ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸੇ ਹੋਰ ਨੇ ਤਾਂ ਕੋਈ ਹੋਰ ਪੁੱਛਣਾ ਚਾਹੁੰਦਾ ਤਾਂ ਚਲਾਇਆ ਨਾ ਜਾਵੇ। ਬਹੁਤ 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 ਤੁਹਾਡਾ ਧੰਨਵਾਦ, ਬਹੁਤ ਬਹੁਤ। ਪੰਜਾਬੀ ਰੰਗਮੰਚ ਨੇ ਪੁੱਛਿਆ ਵੀ ਜਿਹੜਾ ਉਹ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਕਿੱਥੇ ਖੜਾ। ਮੈਂ ਤੁਹਾਨੂੰ ਪਹਿਲਾਂ ਇੱਕ ਥੋੜ੍ਹੀ ਜਿਹੀ ਗੱਲ ਹਾਈ ਕਰਕੇ ਗਿਆ ਸੀ ਵੀ ਸਾਡੀ ਜਿਹੜੀ ਪੰਜਾਬੀ ਨਾਟਕ ਦੀ ਉਮਰ ਆ 1920-1912 ਦੇ ਵਿੱਚ ਸ਼ੁਰੂ ਹੁੰਦਾ ਇਹ ਸਵਾਲ, ਜੇ ਲਿਖਤੀ ਰੂਪ ਦੇ ਵਿੱਚ ਬਾਬਾ ਬੁੱਧ ਸਿੰਘ ਤੋਂ ਲੈ ਲਓ ਤਾਂ 1909। ਬੜੀ ਤੇਜ਼ੀ ਦੇ ਨਾਲ ਇਹ ਪੰਜਾਬੀ ਦੀਆਂ ਜਿਹੜੀਆਂ ਟੌਪ ਦੇ ਤਿੰਨ ਨਾਟਕ ਆ ਭਾਰਤ ਵਿੱਚ ਹੁੰਦੇ, ਨੋਟ ਕਰ ਲਿਓ। ਭਾਰਤ ਦੇ ਵਿੱਚ ਤਿੰਨ ਟੌਪ ਦੇ ਨਾਟਕ ਹੁੰਦੇ ਆ ਬੰਗਲਾ ਭਾਸ਼ਾ ਦਾ, ਫਾਦਰ ਸਰਕਾਰ ਵਰਗੇ ਨਾਟਕਕਾਰ ਉਹਨਾਂ ਕੋਲੇ, ਪ੍ਰਵੀਨ ਗੋਹਾ ਵਰਗੇ ਨਾਟਕਕਾਰ ਉਹਨਾਂ ਕੋਲੇ, ਮਰਾਠੀ ਭਾਸ਼ਾ ਦਾ ਨਾਟਕ ਆ ਜਿਹੜਾ ਬਹੁਤ ਅਮੀਰ ਆ ਉਹਨਾਂ ਕੋਲੇ, ਵਿਜੇ ਤੰਦੂਰ ਕਰ ਰਿਹਾ ਹੈ ਚੋਟੀ ਦਾ ਨਾਟਕਕਾਰ ਦੁਨੀਆ ਦਾ, ਸਾਡੇ ਕੋਲੇ ਵੀ ਬਲਵੰਤ ਗਾਰਗ ਹੀ ਆ, ਸਾਡੇ ਕੋਲ ਵੀ ਸੁਰਜੀਤ ਸਿੰਘ ਸੇਠੀ ਆ। ਪੰਜਾਬੀ ਦਾ ਨਾਟਕ ਆ ਜਿਹੜਾ ਹੁਣ ਪਹਿਲੀਆਂ ਤਿੰਨ, ਤੁਸੀਂ ਪੁੱਛਿਆ ਕਿੱਥੇ ਕੁ ਖੜਾ, ਹੁਣ ਪਹਿਲੀਆਂ ਤਿੰਨ ਪੁਜੀਸ਼ਨਾਂ 'ਤੇ ਹੈ ਬੰਗਲਾ ਭਾਸ਼ਾ ਦੇ ਨੇੜੇ ਪਹੁੰਚ ਗਏ, ਇੰਨੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਸਾਡਾ ਬਹੁਤ ਅੱਗੇ ਗਿਆ ਪੰਜਾਬੀ ਨਾਟਕ ਔਰ ਜਾ ਰਿਹਾ ਹੈ। ਸਾਨੂੰ ਗੁੜਤੀ ਆਈਲੈਂਡ ਦੀ ਲੇਡੀ ਤੋਂ ਮਿਲੀ ਹੈ ਨੌਰਾ ਦੀ ਸਾਈਡ ਤੋਂ, ਕਿਵੇਂ ਨਾ ਪੰਜਾਬੀ ਨਾਟਕ ਦੇਖੇ ਜਾਵਾਂ, ਸਾਡੀ ਭਾਸ਼ਾ ਬੜੀ ਵਧੀਆ ਮਿੱਠੀ ਵੀ ਆ ਪਿਆਰੀ ਵੀ ਪ੍ਰਭਾਵਸ਼ਾਲੀ ਹੈ, ਇਸ ਕਰਕੇ ਪੰਜਾਬੀ ਨਾਟਕ ਆ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ 'ਚ ਖੜਾ ਇਸ ਟਾਈਮ। ਹੋਰ ਜੀ ਹੋਰ ਤਾਂ ਨਹੀਂ ਕੋਈ ਕੁਐਸਚਨ? ਬਹੁਤ ਕੁਐਸਚਨ ਦਾ ਆਨਸਰ ਮਿਲ ਰਿਹਾ ਤਾਂ ਅਸਲ ਵਿੱਚ ਨਾ ਮੈਨੂੰ ਡਰ ਵੀ ਲੱਗਦਾ ਹੁੰਦਾ ਕਿਤੇ ਐਸਾ ਕੁਐਸਚਨ ਆ ਜਾਏ ਜਿਹਦਾ ਮੈਨੂੰ ਪਤਾ ਵੀ ਨਾ ਹੋਵੇ, ਕਈ ਵਾਰੀ ਐਸੀ ਸਥਿਤੀ ਵੀ ਪਰ ਅੱਜ ਨਹੀਂ ਪੁੱਛਣਾ ਸੀ। ਇੱਕ ਮਿੰਟ ਬਈ, ਇੱਕ ਮਿੰਟ ਆਉਂਦੀ ਹੈ ਰੱਖ ਲਾ, ਇੱਕ ਮਿੰਟ ਬਈ। ਤੁਸੀਂ ਨਾ ਕਦੇ ਨਜ਼ੀਰਾ ਬੇਗਮ ਮੇਰਾ ਨਾਟਕ ਦੇਖਿਆ, ਕਹਿੰਦੇ ਨੇ ਕੁਐਸਚਨ ਲਿਖਿਆ, ਉਹਦੇ ਵਿੱਚ ਮੈਂ ਇਹ ਗੱਲ ਦੱਸੀ ਆ ਵੀ ਤੁਸੀਂ ਧਰਮਾਂ ਦੇ ਨਾਮ ਤੇ ਨਾ ਲੜੋ, ਠੀਕ ਹੈ, ਤੁਸੀਂ ਆਪਣੀ ਜਿਹੜੀ ਥਿੰਕਿੰਗ ਆ ਉਹ ਸੈਕੂਲਰ ਬਣਾ ਲਓ। ਨਜ਼ੀਰਾ ਬੇਗਮ ਤੇ ਇਹੀ ਕਹਿੰਦੀ ਆ, ਉਹਦੇ ਮਾਪੇ ਆ ਜਿਹੜੇ ਉਹਦੇ ਨਾਲ ਲੜਦੇ ਆ, ਉਹਦੇ ਜਿਹੜੇ ਉਸ ਸਮਾਜ ਦੇ ਜਿਹੜੇ ਨੇਤਾ ਹੈ ਲੀਡਰ ਆ ਉਹਦੇ ਨਾਲ ਲੜਦੇ ਆ। ਗੱਲ ਕੀ ਹੈ, ਨਜ਼ੀਰਾ ਬੇਗਮ ਆ ਜਿਹੜਾ ਉਹਦਾ ਨਾਮ ਵੰਦਨਾ ਹੈ, ਤੁਹਾਨੂੰ ਪਤਾ ਤੁਸੀਂ ਮੀਡੀਆ ਪੜ੍ਹਿਆ, ਉਹ ਨਜ਼ੀਰਾ ਦਾ ਨਾਮ ਆ ਜਿਹੜਾ ਪਹਿਲਾਂ ਵੰਦਨਾ ਹੁੰਦਾ, ਉਹ ਸਨਾਤਨ ਧਰਮ ਦੀ ਕੁੜੀ ਆ, ਉਹ ਇੱਕ ਮੁਸਲਮਾਨ ਨਾਲ ਵਿਆਹ ਕਰਾਉਂਦੀ ਆ ਮੁਹੰਮਦ ਜਫਰ ਖਾਨ ਦੇ ਨਾਲ, ਪਰ ਉਹਦਾ ਕਤਲ ਕਰ ਦਿੰਦੇ ਆ, ਉਹ ਐਂਡ ਤੱਕ ਉਹ ਲੜਦੀ ਜਾਂਦੀ ਐਂਡ ਤੇ ਉਹਨਾਂ ਨੂੰ ਹਰਾ ਦਿੰਦੀ, ਉਹ ਮੰਨ ਜਾਂਦੇ ਆ ਵੀ ਹਾਂ ਸੈਕੂਲਰਿਜ਼ਮ ਆ ਜਿਹੜਾ ਉਹ ਸਭ ਤੋਂ ਬੈਸਟ ਹੁੰਦਾ। ਮੇਰਾ ਜਿਹੜਾ ਇਹ ਨਜ਼ੀਰਾ ਬੇਗਮ ਦੇ ਵਿੱਚ ਇਹੀ ਆ ਮੈਸੇਜ, ਕਿਉਂ ਨਹੀਂ ਕੀਤਾ ਹੋਇਆ ਜਦੋਂ ਨਾ ਸੈਕੂਲਰਿਜ਼ਮ ਬਣਾਓ। ਹਾਂਜੀ ਪੰਜਾਬ
ਸਾਡਾ ਜਿਹੜਾ 2030-35 ਦੇ ਵਿੱਚ ਜਿਹੜਾ ਇੱਕ ਮਿੰਟ ਜਿਹੜਾ ਪੰਜਾਬੀ ਰੰਗ ਮੰਚ ਆ ਇਹ 20ਵੀਂ ਸਦੀ 21ਵੀਂ ਸਦੀ ਦੇ ਚੌਥੀ ਦਹਾਕੇ ਦੇ ਅੰਦਰ ਜਾਂਦਾ ਜਾਂਦਾ ਪੰਜਾਬ ਦੀਆਂ ਸਾਰੀਆਂ ਭਾਸ਼ਾਵਾਂ ਨੂੰ ਛੱਡ ਕੇ ਅੱਗੇ ਪਹੁੰਚ ਜਾਣਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਥੈਂਕ ਯੂ ਮੈਮ। ਅੱਜ ਜਿਹੜਾ ਲੈਕਚਰ ਹੋਇਆ, ਪਹਿਲੀ ਗੱਲ ਤਾਂ ਇਹਦੇ ਲਈ ਤਾੜੀਆਂ ਵੱਜਦੀਆਂ ਪ੍ਰੋਫੈਸਰ ਰਜਿੰਦਰ ਸਿੰਘ ਜੀ ਨੂੰ। ਸਟੇਜ ਵੀ ਬਹੁਤ ਖੂਬ ਉਹਨਾਂ ਨੇ ਸੰਭਾਲਿਆ ਅਤੇ ਵਿਦਿਆਰਥੀਆਂ ਨੂੰ ਵੀ ਉਹਨਾਂ ਨੇ ਬਹੁਤ ਇਸ ਚੀਜ਼ ਲਈ ਗਾਈਡ ਕੀਤਾ, ਬਹੁਤ ਕੁਛ ਕੀਤਾ, ਕਰਾਮਾਤ ਕੀਤੀ ਇੱਕ ਸਾਲ ਤੋਂ, ਤਾਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ। ਹੁਣ ਦੂਜੀ ਗੱਲ ਕਿ ਜੋ ਬੱਚੇ ਤੁਸੀਂ ਅੱਜ ਸਿੱਖਿਆ ਹੈ, ਜਿੱਦਾਂ ਤੁਸੀਂ ਸਵਾਲ ਕੀਤੇ ਜਾਂ ਜਿੱਦਾਂ ਵੀ ਸਾਡੇ ਅਧਿਆਪਕਾਂ ਦੇ ਜ਼ਿਹਨ 'ਚ ਵੀ ਸਵਾਲ ਆਉਣ ਲੱਗ ਗਏ ਵੀ ਉਹ ਜਿਹੜੇ ਵਿਸ਼ਾ ਜਿਨ੍ਹਾਂ ਦਾ ਕਿਤੇ ਵੀ ਨਾਟਕ ਨਾਲ ਜਾਂ ਲਿਟਰੇਚਰ ਨਾਲ ਫਰਕ ਨਹੀਂ, ਸਿੱਧਾ ਸਿੱਧੇ ਤੌਰ 'ਤੇ ਨਹੀਂ ਹੈ, ਜੀਵਨ ਦਾ ਤਾਂ ਹੁੰਦਾ ਪਰ ਸਬਜੈਕਟ ਦੇ ਤੌਰ 'ਤੇ ਨਹੀਂ ਆ, ਇੱਕ ਗੱਲ ਜ਼ਾਹਿਰ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਿ ਜਿਹੜਾ ਨਾਟਕ ਹੈ ਉਹਦਾ ਸੰਬੰਧ ਜੀਵਨ ਨਾਲ ਹੈ। ਜੇ ਅੱਜ ਇਸ ਤਰ੍ਹਾਂ ਦੇ ਸਵਾਲ ਨਹੀਂ ਹੁੰਦੇ ਤਾਂ ਫਿਰ ਇਹ ਚੀਜ਼ ਸ਼ਾਇਦ ਸਾਬਤ ਨਾ ਹੁੰਦੀ ਕਿ ਨਾਟਕ ਦਾ ਸੰਬੰਧ ਜੀਵਨ ਨਾਲ ਹੈ। ਇੱਕ ਸਵਾਲ ਹੋਇਆ ਸੀ ਰਾਜਿੰਦਰ ਵਾਲਿਆਂ ਦਾ ਕਿ ਕੀ ਸਾਰੇ ਨਾਟਕ ਖੇਡੇ ਜਾਂਦੇ, ਜਿਹੜੇ ਨਾਟਕ ਨਹੀਂ ਖੇਡੇ ਜਾਂਦੇ ਉਹਨਾਂ ਨੂੰ ਆਲੋਚਨਾ ਦੇ ਵਿੱਚ ਜ਼ੇਬੀ ਨਾਟਕ ਦਾ ਨਾਮ ਦਿੱਤਾ ਜਾਂਦਾ, ਅਤੇ ਹਰ ਬੰਦਾ ਹਰ ਚੀਜ਼ 'ਚ ਪਰਫੈਕਟ ਨਹੀਂ ਹੁੰਦਾ। ਅੱਖਾਂ ਦਾ ਡਾਕਟਰ ਦਿਲ ਦਾ ਆਪਰੇਸ਼ਨ ਨਹੀਂ ਕਰਦਾ। ਸਾਡੇ ਕਈ ਇਹੋ ਜਿਹੇ ਲੋਕ ਸੀ, ਸਾਹਿਤਕਾਰ ਹੈ ਨੇ, ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਵਿਧਾਵਾਂ ਦੇ ਵਿੱਚ ਆਪਣਾ ਹੱਥ ਅਜ਼ਮਾਇਆ। ਰੋਸ਼ਨ ਲਾਲ ਊਰਜਾ ਨੇ, ਸੰਤ ਸਿੰਘ ਸੇਖੋਂ ਨੇ, ਦੋਨਾਂ ਦਾ ਵੱਡਾ ਨਾਂ ਆ ਪਰ ਆਲੋਚਨਾ ਦੇ ਖੇਤਰ 'ਚ, ਅਤੇ ਦੋਨਾਂ ਨੇ ਬਹੁਤ ਸਾਰੇ ਨਾਟਕ ਲਿਖੇ ਪਰ ਸਾਰੇ ਨਾਟਕ ਖੇਡੇ ਨਹੀਂ ਗਏ। ਜਿਵੇਂ ਸਰ ਨੇ ਕਿਹਾ ਕਿ ਹੁਣ ਜੇ ਕੋਈ ਜਹਾਜ਼ ਲਿਆ ਜਾਏਗਾ ਤਾਂ ਅਸੀਂ ਉਹਨੂੰ ਨਹੀਂ ਉੱਥੇ ਖੜਾ ਨਹੀਂ ਕਰ ਸਕਦੇ ਜਹਾਜ਼ ਨੂੰ, ਰੰਗਮੰਚ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਨੇ। ਪਰ ਇਸ ਵਕਤ ਰੰਗਮੰਚ ਇੰਨਾ ਅੱਗੇ ਜਾ ਚੁੱਕਾ, ਜਿਹੜੇ ਫੋਰਥ ਸਮੈਸਟਰ ਦੇ ਬੱਚੇ ਜਿਹੜੇ ਮੇਰੇ ਕੋਲ ਪੜ੍ਹ ਰਹੇ ਨੇ, ਜਿਨ੍ਹਾਂ ਨੇ ਫਾਸਲੇ ਡਰਾਮਾ ਦੇਖਿਆ, ਜਿਨ੍ਹਾਂ ਨੂੰ ਮੈਂ ਉਹ ਯੂਟਿਊਬ 'ਤੇ ਪਿਆ ਹੋਇਆ ਸੀ, ਜਤਿੰਦਰ ਬਰਾੜ ਹੋਰਾਂ ਨੇ ਪਰਫੋਰਮ ਕੀਤਾ ਹੋਇਆ ਅਤੇ ਉਹਨਾਂ ਨੂੰ ਸਿਲੇਬਸ 'ਚ ਲੱਗਿਆ, ਮੈਂ ਉਹਦੇ ਗੱਲ ਕਹੀ ਸੀ ਕਿ ਜੇ ਮੈਂ ਤੁਹਾਨੂੰ ਇੱਕ ਕੁਐਸਚਨ ਕਰਾਵਾਂ ਵਿਸ਼ੇ ਦਾ, ਉਹ ਮੈਂ ਕਰਵਾ ਦੂੰਗੀ ਪੜ੍ਹਾ ਕੇ, ਮੈਂ ਤੁਹਾਨੂੰ ਸਮਝਾ ਦੂੰਗੀ ਵਿਸ਼ੇ ਕਿਹੜੇ ਨਿਕਲ ਰਹੇ ਆ। ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਨਾਟਕ ਜਿਹੜਾ ਆ ਉਹਦੀਆਂ ਕਲਾ ਯੁਗਤਾਂ ਕੀ ਹੈ, ਫਿਰ ਮੈਂ ਤੁਹਾਨੂੰ ਨਹੀਂ ਸਮਝਾ ਸਕਦੀ। ਫਿਰ ਤੁਸੀਂ ਲਾਈਟ ਸਾਊਂਡ ਇਫੈਕਟ ਕੀ ਕਰਦੇ ਆ, ਕਿਤੇ ਉਹ ਬੀਚ ਕਿੱਦਾਂ ਖੜਾ ਕਰ ਦਿੰਦੇ ਆ, ਜਦੋਂ ਕੋਈ ਵੀ ਉੱਥੇ ਉਹਦੇ 'ਚ ਸੀ ਆਉਂਦਾ, ਸੀਨ ਆਉਂਦਾ ਕਿ ਸਮੁੰਦਰ ਦੇ ਕੰਢੇ ਦੇ ਰੇਤ ਦੇ ਘਰ ਵੀ ਬਣਾਏ ਜਾਂਦੇ ਆ, ਉਹ ਸਾਰਾ ਕੁਛ ਕਿਸ ਤਰ੍ਹਾਂ ਸਟੇਜ 'ਤੇ ਪਰਫੋਰਮ ਕਰ ਦਿੱਤਾ ਜਾਂਦਾ, ਇਹ ਨਾਟਕ ਦੀ ਤਰੱਕੀ ਹੈ। ਜਦੋਂ ਰਜ਼ੀਆ ਸੁਲਤਾਨਾ ਡਰਾਮਾ ਖੇਡਿਆ ਜਾਂਦਾ ਆ ਬਲਵੰਤ ਗਾਰਗੀ ਹੋਰਾਂ ਦਾ, ਅਤੇ ਉੱਥੇ ਘੋੜੇ ਵੀ ਚੱਲਦੇ ਨੇ, ਉੱਥੇ ਹੌਲੀ ਹੌਲੀ ਉਹ ਮਸ਼ਾਲਾਂ ਸਭ ਕੁਛ ਮਹਿਲ ਬਣਦੇ ਨੇ, ਉਹ ਕੋਈ ਸਾਰਾ ਕੁਛ ਹੁਣ ਲਾਈਟ ਸਾਊਂਡ ਇਫੈਕਟ ਆ ਗਿਆ ਨੇ। ਸਾਡੇ ਕੋਲ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਵਿਜ਼ਨ ਆ ਗਈਆਂ ਜਿਹੜੀਆਂ ਚੀਜ਼ਾਂ ਅਸੀਂ ਪਹਿਲਾਂ ਇੰਪੋਸੀਬਲ ਮੰਨਦੇ ਸੀ ਪੋਸੀਬਲ ਹੋਣ ਲੱਗ ਗਈਆਂ। ਜਤਿੰਦਰ ਬਰਾੜ ਹੋਰਾਂ ਨੇ ਆਪਣੇ ਥੀਏਟਰ ਦੇ ਵਿੱਚ ਇੱਦਾਂ ਦੀ ਵੀ ਪ੍ਰੋਵਿਜ਼ਨ ਕਰ ਦਿੱਤੀ ਕਿ ਅੰਦਰ ਨੂੰ ਐਗਜ਼ੌਸਟ ਲੱਗੇ ਹੋਏ ਆ। ਮੈਂ ਉਹਨਾਂ ਦੇ ਵਿੱਚ ਮਸਾਲਾ ਡਰਾਮਾ ਦੇਖਦੀ ਸੀ, ਉਹਦੇ ਵਿੱਚ ਉਹ ਕੁੜੀ ਸਾਹਮਣੇ ਭੁੰਨ ਰਹੀ ਆ ਆਟਾ, ਭੁੰਨ ਰਹੀ ਪੰਜੀਰੀ ਬਣਾਉਣੀ ਹੈ, ਪਰ ਉਹ ਹਾਲੇ ਉਹਦੇ ਨਾ ਗੈਸ ਚੱਲ ਰਹੀ, ਕੁਛ ਨਹੀਂ ਹੋ ਰਿਹਾ, ਪਰ ਸਾਨੂੰ ਪੰਜੀਰੀ ਦੀ ਸਮੈਲ ਆ ਰਹੀ, ਆਟਾ ਭੁੰਨਦੇ ਦੀ ਪ੍ਰੋਪਰ ਸਮੈਲ ਅੰਦਰ ਨੂੰ ਆ ਰਹੀ ਹੈ। ਮਤਲਬ ਤੁਹਾਨੂੰ ਬਾਕੀ ਚੀਜ਼ਾਂ ਦੇ ਨਾਲ ਨਾਲ ਫੀਲ ਵੀ ਕਰਾ ਰਿਹਾ ਹੁਣ ਥੀਏਟਰ, ਥੀਏਟਰ ਇੰਨਾ ਅੱਗੇ ਜਾ ਰਿਹਾ, ਔਰ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਨਾ, ਜਿੱਦਾਂ ਅਸੀਂ ਤੁਹਾਨੂੰ ਬੋਲ ਕੇ ਦੱਸ ਰਹੇ ਹਾਂ, ਮੇ ਬੀ ਤੁਸੀਂ ਉਸ ਤਰੀਕੇ ਨਾਲ ਨਹੀਂ ਦੇਖ ਸਕੋਗੇ ਕਿਉਂਕਿ ਤੁਸੀਂ ਫਿਲਮਾਂ ਦੇਖੀਆਂ ਹੋਈਆਂ, ਤੁਹਾਨੂੰ ਰੀਟੇਕ ਦੀ ਆਦਤ ਹੈ ਜ਼ਿੰਦਗੀ ਦੇ ਵਿੱਚ, ਪਰ ਬੱਚੇ ਲਾਈਫ 'ਚ ਰੀਟੇਕ ਨਹੀਂ ਹੁੰਦਾ। ਮੈਂ ਇਹ ਗੱਲ ਬਾਰ ਬਾਰ ਤੁਹਾਨੂੰ ਕਹਿੰਦੀ ਹੁੰਦੀ ਹਾਂ, ਇੱਕ ਵਾਰੀ ਪੈਰ ਅੱਗੇ ਰੱਖ ਲਿਆ ਤਾਂ ਜਿਹੜਾ ਪਿੱਛੇ ਰੱਖਿਆ ਉਹ ਦੂਜਾ ਹੈ, ਉਹ ਪਹਿਲਾਂ ਨਹੀਂ ਹੈ,
ਉਹ ਡਿਲੀਟ ਨਹੀਂ ਹੋਣਾ ਤੇ ਰੰਗ ਮੰਚਾਰੀ ਕਰਦਾ ਹੈ। ਕਿਰਦਾਰ ਨੇ ਡਿੱਗਣਾ ਨਹੀਂ ਸੀ, ਡਿੱਗ ਗਿਆ। ਉਹਨੂੰ ਪਤਾ ਉਹਨੇ ਨਹੀਂ ਡਿੱਗਣਾ ਸੀ, ਜਾਂ ਉਹਦੇ ਸਹਾਇਕਾਂ ਨੂੰ, ਤੁਹਾਨੂੰ ਨਹੀਂ ਪਤਾ ਲੱਗੂਗਾ। ਇਹ ਆਹੀ ਜ਼ਿੰਦਗੀ ਸਿਖਾਉਂਦੀ ਹੈ ਕਿ ਡਿੱਗ ਗਏ ਹੋ ਤਾਂ ਉੱਠਣਾ ਕਿਵੇਂ ਹੈ, ਪਤਾ ਹੀ ਨਹੀਂ ਲੱਗਣ ਦੇਣਾ। ਰੰਗਮੰਚ ਜ਼ਿੰਦਗੀ ਦੇ ਇੰਨਾ ਨੇੜੇ ਹੈ। ਅਤੇ ਜਦੋਂ ਉਹ ਸਰ ਡਾਇਲੋਗ ਬੋਲ ਰਹੇ ਸੀ, ਬੜੇ ਬੱਚਿਆਂ ਨੂੰ ਹਾਸਾ ਵੀ ਆ ਰਿਹਾ ਸੀ ਜਦੋਂ ਉਹ ਕਰੁਣਾ ਦੀ ਆਵਾਜ਼ 'ਚ, ਰੁਦਨ ਦੀ ਆਵਾਜ਼ 'ਚ ਆਉਂਦੇ ਆ। ਇੱਕਦਮ ਆਪਣੇ ਮੂਡ ਨੂੰ ਕਿਵੇਂ ਬਦਲਣਾ ਹੈ, ਇਹ ਐਕਟਰ ਫਿਲਮਾਂ ਵਾਲੇ ਨਹੀਂ ਕਰ ਸਕਦੇ। ਇਹ ਬਹੁਤ ਹਾਰਡ ਆ। ਇਹ ਤੁਹਾਨੂੰ ਸਿਖਾਇਆ ਜਾਂਦਾ ਹੈ ਕਿ ਤੁਸੀਂ ਇੱਕਦਮ, ਇਹ ਅਸੀਂ ਜ਼ਿੰਦਗੀ 'ਚ ਇੱਦਾਂ ਹੀ ਜਿਉਂਦੇ ਹਾਂ, ਤੁਸੀਂ ਕਿਸੇ ਚੀਜ਼ ਨੂੰ ਫੀਲ ਤਾਂ ਕਰਨਾ ਸਿੱਖੋ, ਫੀਲਿੰਗ ਨਾਲ ਹੀ ਇਨਸਾਨ ਬਣਦਾ। ਅਤੇ ਥੀਏਟਰ ਫੀਲਿੰਗ ਹੀ ਸਿਖਾਉਂਦਾ। ਜਦੋਂ ਤੱਕ ਅਸੀਂ ਫੀਲ ਨਹੀਂ ਕਰਦੇ, ਜਦੋਂ ਤੱਕ ਅਸੀਂ ਚੀਜ਼ਾਂ ਨੂੰ ਸੋਚਣਾ ਨਹੀਂ ਸ਼ੁਰੂ ਕਰਦੇ, ਦੂਜੇ ਦੇ ਹਾਣ ਦੀ ਸੋਚ ਨਹੀਂ ਅਪਣਾਉਂਦੇ, ਉਹਦੇ ਦਰਦ ਨੂੰ ਉੱਦਾਂ ਫੀਲ ਨਹੀਂ ਕਰਦੇ, ਅਸੀਂ ਉਹਦੇ ਹਾਣ ਦੇ ਨਹੀਂ ਹੁੰਦੇ। ਅਸੀਂ ਕਹਿ ਦਿੰਦੇ ਹਾਂ ਸਾਨੂੰ ਤੁਹਾਡੇ ਨਾਲ ਸਹਿਮਤੀ ਹੈ, ਉਹ ਨਹੀਂ ਹੁੰਦੀ, ਇਹ ਸ਼ਬਦ ਹੀ ਹੁੰਦੀ ਹੈ। ਪਰ ਇਨਸਾਨ ਉਦੋਂ ਬਣਦਾ ਜਦੋਂ ਸੱਚੀ ਉਸ ਚੀਜ਼ ਨੂੰ ਸੇਮ ਪੈਥੀ ਸਹਿਮਤੀ ਉਦੋਂ ਬਣਦਾ। ਉਦੋਂ ਤੱਕ ਸਾਨੂੰ ਉਸ ਚੀਜ਼ 'ਚੋਂ ਸਿਚੁਏਸ਼ਨ ਨੂੰ ਫੀਲ ਕਰਨਾ ਪਊਗਾ। ਇਹੀ ਥੀਏਟਰ ਸਿਖਾਉਂਦਾ, ਥੀਏਟਰ ਜ਼ਿੰਦਗੀ ਸਿਖਾਉਂਦਾ। ਇਸ ਚੀਜ਼ ਨੂੰ ਬੜਾ ਜ਼ਿਆਦਾ ਜਿੰਨੀ ਚੰਗੀ ਤਰ੍ਹਾਂ ਸੋਚ ਸਕਦੇ ਹੋ, ਨਹੀਂ ਤਾਂ ਕਦੇ ਕਿਤੇ ਥੀਏਟਰ ਹੁੰਦਾ ਦੇਖੋ ਤਾਂ ਉਹਨੂੰ ਸਮਝ ਆ ਜਾਏਗੀ ਇਹ ਕਿੰਨਾ ਇਫੈਕਟ ਪਾਉਂਦਾ। ਦੂਜਾ ਕਿ ਸਰਕਾਰਾਂ ਇਸ ਚੀਜ਼ 'ਤੇ ਬੇਸ਼ੱਕ ਪੈਸਾ ਨਹੀਂ ਲਾਉਂਦੀਆਂ, ਪਰ ਅੱਜ ਤੱਕ ਸਰਕਾਰਾਂ ਨੂੰ ਜਦੋਂ ਵੀ ਆਪਣਾ ਮੈਸੇਜ ਕਨਵੇ ਕਰਨਾ ਪਿਆ, ਥੀਏਟਰ ਦੀ ਮਦਦ ਲੈਣੀ ਪਈ। ਉਹਨਾਂ ਨੇ ਹਮੇਸ਼ਾ ਥੀਏਟਰ ਨੂੰ ਆਧਾਰ ਬਣਾਇਆ, ਚਾਹੇ ਉਹ ਇੱਕ ਵਾਰ ਜਦੋਂ ਆਬਾਦੀ ਵੱਧ ਗਈ ਨਸਬੰਦੀ ਲਈ ਕਰਾਈ, ਉਹਨਾਂ ਨੇ ਥੀਏਟਰ ਕਰਵਾਏ, ਕਿਉਂਕਿ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਸਭ ਤੋਂ ਵੱਡਾ ਮਾਧਿਅਮ ਥੀਏਟਰ ਰਿਹਾ ਸ਼ੁਰੂ ਤੋਂ ਹੁਣ ਤੱਕ। ਜਿਹੜਾ ਮਰਜ਼ੀ ਉਹਦਾ ਮਾਧਿਅਮ ਅਪਣਾ ਕੇ ਦੇਖ ਲਿਆ, ਗੱਲ ਨਹੀਂ ਬਣਦੀ ਜਿੰਨੀ ਥੀਏਟਰ 'ਤੇ ਅਸਰ ਕਰਦੀ ਹੈ। ਇਸ ਕਰਕੇ ਥੀਏਟਰ ਰਾਹੀਂ ਅਸਰ ਕਰਨਾ ਔਰ ਥੀਏਟਰ ਰਾਹੀਂ ਜ਼ਿੰਦਗੀ ਦੇ ਅਸਲੀ ਮਾਅਨੇ ਸਿੱਖਣਾ, ਇਹ ਬਹੁਤ ਵੱਡੀ ਗੱਲ ਹੈ। ਅਤੇ ਜਿਹੜੀ ਮੋਹੀ ਉਹਨਾਂ ਦੀ ਕੰਟਰੀਬਿਊਸ਼ਨ ਹੈ ਕਿ ਲੇਖਕ ਵੀ ਨੇ ਅਤੇ ਨਿਰਦੇਸ਼ਕ ਵੀ ਨੇ, ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਸਮਾਜ ਦੀ ਸੇਵਾ ਹੈ। ਜੇ ਇਹਦੇ 'ਚੋਂ ਪੈਸੇ ਕਮਾ ਰਹੇ ਆ ਨਾ, ਇਹ ਯੂਥ ਫੈਸਟੀਵਲ ਦੀ ਇਸ ਵੇਲੇ ਦੌੜ ਹੈ, ਕਿਤੇ ਨਾ ਕਿਤੇ ਇਹਨੂੰ ਮੈਂ ਬਹੁਤ ਪੋਜ਼ਿਟਿਵ ਨਹੀਂ ਕਹਿੰਦੀ। ਮੈਨੂੰ ਲੱਗਦਾ ਕਿ ਯੂਥ ਫੈਸਟੀਵਲ ਦੇ ਵਿੱਚ ਇੱਕ ਕੰਪੀਟੀਸ਼ਨ ਹੈ, ਲਾਈਫ ਜਿਹੜੀ ਕੰਪੀਟੀਸ਼ਨ ਨਹੀਂ ਹੁੰਦੀ। ਪਰ ਜਦੋਂ ਥੀਏਟਰ ਨੂੰ ਉੱਦਾਂ ਕੁਝ ਮਿਲ ਹੀ ਨਹੀਂ ਰਿਹਾ, ਜਿਹੜੇ ਜਦੋਂ ਤੁਸੀਂ ਜੇ ਕਦੇ ਜਿਨ੍ਹਾਂ ਨੇ ਬੀ ਏ ਫਸਟ ਈਅਰ 'ਚ ਪ੍ਰਿਥਵੀ ਰਾਜ ਕਪੂਰ ਦਾ ਜਿਹੜਾ ਪੜ੍ਹਿਆ ਰੇਖਾ ਚਿੱਤਰ, ਜਿਹੜਾ ਬਲਵੰਤ ਗਾਰਗੀ ਹੋਰਾਂ ਲਿਖਿਆ, ਉਹਦੇ 'ਚੋਂ ਲਿਖਦਾ ਹੈ ਕਿ ਜਦੋਂ ਉਹਦੇ ਬੱਚੇ ਸਾਰੇ ਥੀਏਟਰ ਵੱਲ ਚਲੇ ਗਏ, ਜਿੱਥੇ ਉਹਨੇ ਸ਼ਸ਼ੀ ਕਪੂਰ, ਸ਼ਮੀ ਕਪੂਰ ਹੋਣੀ, ਤਾਂ ਉਹਨਾਂ ਨੂੰ ਕਹਿੰਦਾ, ਉਹ ਕਹਿੰਦੇ ਤੂੰ ਸਾਡੇ ਤੋਂ ਪੈਸੇ ਲੈ ਲਾ ਵੀ ਫਾਦਰ ਨੂੰ, ਕਿ ਤੇਰੇ ਕੋਲ ਬਹੁਤ ਜ਼ਿਆਦਾ ਕਰਜ਼ਾ ਬਹੁਤ ਆ। ਉਹ ਕਹਿੰਦਾ ਨਹੀਂ, ਤੁਸੀਂ ਹੁਣ ਅਮੀਰ ਹੋ ਗਏ ਹੋ, ਪਰ ਮੈਂ ਤੁਹਾਨੂੰ ਆਪਣਾ ਬੇਟਾ ਕਹਿਣ ਦਾ ਹੱਕ ਗਵਾ ਦੇਊਂਗਾ ਜੇ ਮੈਂ ਤੁਹਾਡੇ ਤੋਂ ਪੈਸੇ ਲੈ ਲਊਂਗਾ। ਉਹ ਸਾਰੀ ਉਮਰ ਥੀਏਟਰ ਖੇਡਦਾ ਹੈ ਔਰ ਥੀਏਟਰ ਖੇਡਦਾ ਖੇਡਦਾ ਮਰਿਆ। ਅਖੀਰ 'ਤੇ ਉਹਨੇ ਕੁਛ ਫਿਲਮਾਂ ਉਹਨੇ ਕਰਜ਼ਾ ਲਾਉਣ ਲਈ ਕਰ ਲਈਆਂ, ਪਰ ਜਿਹੜੇ ਲੋਕ ਥੀਏਟਰ ਦੇ ਦੀਵਾਨੇ ਹੁੰਦੇ ਆ ਨਾ, ਉਹ ਸ਼ੌਹਰਤ ਤੋਂ ਬੜੀ ਦੂਰ ਹੋ ਜਾਂਦੇ ਆ। ਉਹਨਾਂ ਨੂੰ ਲੱਗਦਾ ਸੀ ਕਿਸੇ ਖਾਸ ਮਕਸਦ ਤਹਿਤ ਕੰਮ ਕਰਦੇ ਆ। ਜਿਹੜੀ ਨੇਮ ਫੇਮ ਦੀ ਦੁਨੀਆ ਇਕੱਲੀ ਨੇਮ ਫੇਮ ਦੀ ਹੁੰਦੀ ਹੈ, ਪਰ ਜੇ ਉਹਦੇ ਲਈ ਤੁਸੀਂ ਉਪਜੀਵਤਾ ਕਮਾਉਂਦੇ ਹੋ ਅਤੇ ਨਾਲ ਨਾਲ ਸੁਸਾਇਟੀ ਨੂੰ ਕੁਛ ਡੋਨੇਟ ਨਹੀਂ ਕਰ ਰਹੇ, ਕੁਛ ਦੇ ਨਹੀਂ ਰਹੇ, ਉਲਟਾ ਕੁਛ ਨੈਗੇਟਿਵ ਦੇ ਰਹੇ ਹੋ, ਫਿਰ ਉਹਦਾ ਭਾਰ ਸਾਡੇ ਜ਼ਮੀਰ 'ਤੇ ਹੋਣਾ ਚਾਹੀਦਾ। ਔਰ ਇਹ ਨਾਟਕ ਵਾਲਿਆਂ ਦੀ ਖਾਸੀਅਤ ਹੈ ਕਿ ਉਹ ਜੇ ਆਪਣੀ ਉਪਜੀਵਿਕਾ ਉਹਨਾਂ ਨੇ ਰਾਹ ਲੱਭਿਆ, ਪਰ ਉਹ ਨਾਲ ਦੀ ਨਾਲ ਇੱਕ ਸੇਧ ਦਿੰਦੇ। ਅਤੇ ਇਹਨਾਂ ਲਈ ਇਸ ਕਰਕੇ ਮੋਹੀ ਜੀ ਹੋਰਾਂ ਲਈ ਬਹੁਤ ਤਾੜੀਆਂ। ਵਿਦਿਆਰਥੀਆਂ ਦੇ ਨਾਲ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਇੰਨੀ ਪੇਸ਼ੈਂਸ ਨਾਲ ਸੁਣਿਆ, ਤਾਂ ਮੋਹੀ ਜੀ ਤੁਹਾਡਾ ਬਹੁਤ ਧੰਨਵਾਦ। ਅੱਗੇ ਤੋਂ ਵੀ ਅਸੀਂ ਉਮੀਦ ਕਰਾਂਗੇ ਤੁਸੀਂ ਜ਼ਰੂਰ ਆਇਓ, ਤੁਹਾਡਾ ਇੰਤਜ਼ਾਰ ਕਰਾਂਗੇ। ਇੱਕ ਨਾਟਕ ਅੱਜ ਅੰਦਰ ਸਾਹਿਬ ਨੇ ਕਹਿ ਕੇ ਨਾਟਕ ਕਰਾਉਣਾ ਤੁਹਾਡਾ, ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ।